ਇਹਦੇ ਵਿੱਚ ਲਗਭਗ 20 ਗਾਵਾਂ ਇਹਦੇ ਵਿੱਚ ਬੈਠ ਜਾਂਦੀਆਂ ਆ ਕੇ। ਹੁਣ ਮੱਛਰ ਹੁੰਦਾ ਜਦੋਂ ਇਹਨਾਂ ਨੇ ਲਗਭਗ ਜਿਹੜਾ ਸ਼ੈੱਡ ਬਣਾਇਆ 20 ਗਾਵਾਂ ਦਾ ਸ਼ੈੱਡ ਬਣਾਇਆ ਹੋਇਆਗਾ, ਜਦੋਂ ਵੀ ਇੱਥੇ ਮੱਛਰਦਾਨੀ ਆ, ਇਹਨਾਂ ਨੇ ਓਵਲ ਟਾਈਪ ਇਹਨਾਂ ਨੇ ਆਹ ਪਾਈਪਾਂ ਲਾ ਕੇ ਕੰਧ ਦੇ ਉੱਪਰ ਆ ਫਿਟਿੰਗ ਕਰਕੇ ਸਕੰਜਾ ਤਿਆਰ ਕਰਕੇ ਫਿੱਟ ਕਰਿਆ ਹੋਇਆ ਉੱਪਰ ਆ, ਉੱਪਰ ਇਹਦੇ ਮੱਛਰਦਾਨੀ ਲਾਈ ਹੋਈ ਆ। ਹੁਣ ਜੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਬਾਈ ਸਤਿ ਸ਼੍ਰੀ ਅਕਾਲ ਨਮਸਕਾਰ। ਵੀਰ ਜੀ ਅੱਜ ਅਸੀਂ ਪਹੁੰਚੇ ਹਾਂ ਪ੍ਰਤੀਕ ਸਿੰਘ ਬਰਾੜ ਡੈਰੀ ਫਾਰਮ ਗੁਮਟੀ ਕਲਾਂ, ਬਠਿੰਡਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਪਿੰਡ ਗੁਮਟੀ ਕਲਾਂ ਵੀਰੇ। ਉੱਥੇ ਪਹੁੰਚੇ ਹਾਂ, ਉਹਨਾਂ ਦੇ ਡੈਡੀ ਈਸ਼ਵਰ ਸਿੰਘ ਬਰਾੜ ਜੀ ਡੈਰੀ ਫਾਰਮ ਦੀ ਦੇਖਭਾਲ ਕਰਦੇ ਆ, ਪ੍ਰਤੀਕ ਸਿੰਘ ਉਹਨਾਂ ਦੇ ਬੇਟੇ ਦਾ ਨਾਂ, ਉਹ ਤਾਂ ਡੈਰੀ ਫਾਰਮ ਬਣਾਇਆ ਹੋਇਆ। ਇਹ ਡੈਰੀ ਫਾਰਮ ਦੇ ਸ਼ੈੱਡ ਬਣਾਇਆ ਹੋਇਆ ਜਿੱਥੇ ਅਸੀਂ ਖੜ੍ਹੇ ਹਾਂ, ਸ਼ੈੱਡ ਦਿਖਾ ਦੇ ਬੇਟਾ। ਸ਼ੈੱਡ ਇਹ ਲਗਭਗ 97 ਫੁੱਟ ਇਹਦੀ ਲੰਬਾਈ ਆ ਅਤੇ ਚੌੜਾਈ ਇਹਦੀ ਕਿੰਨੀ, 60 ਫੁੱਟ ਦੇ ਕਰੀਬ ਇਹਦੀ ਚੌੜਾਈ ਹੈ ਜੀ। ਅਤੇ ਇਹਦੇ ਵਿੱਚ ਇੱਕ ਨਵੀਂ ਚੀਜ਼, ਅਸੀਂ ਦੂਜੇ ਸ਼ੈੱਡਾਂ ਨੂੰ ਵੱਖਰੀ ਚੀਜ਼ ਅਸੀਂ ਕੀ ਦੇਖੀ ਹੈ ਇਹਦੇ ਵਿੱਚ, ਇਹਦੇ ਵਿੱਚ ਜਿਹੜਾ ਸਿਸਟਮ ਇਹਨਾਂ ਨੇ ਇੱਕ ਝੁੰਬੀ ਨੁਮਾ ਬਣਾਇਆ ਹੋਇਆ ਵਿੱਚ ਕੰਧਾਂ ਕੱਢ ਕੇ ਛੋਟੀਆਂ ਛੋਟੀਆਂ 5-5 ਫੁੱਟ ਦਿਖਾਉਣੇ ਆ ਤੁਹਾਨੂੰ। ਉਹਦੇ ਕੋਲ ਅੱਜ ਉਸਨੂੰ ਪਹਿਲਾਂ ਦਿਖਾ ਵੀ ਦਿੰਦੇ ਹਾਂ ਉਹ ਨਾਲ ਨਾਲ। ਆਹ ਪਾਈਪਾਂ ਦਾ ਗੇਟ ਲਾਏ ਹੋਏ ਆ, ਜੇ ਕੱਲ੍ਹ ਨੂੰ ਰੇਤਾ ਵਗੈਰਾ ਲਿਆਉਣਾ ਇੱਥੋਂ ਟਰਾਲੀ ਵਗੈਰਾ ਅੰਦਰ ਆ ਜਾਂਦੀ ਹੈ ਵੀਰੇ। ਅਤੇ ਆਹ ਬਣਾਇਆ ਹੋਇਆ ਇਹਨਾਂ ਨੇ, ਇਹ ਇਹਦਾ ਬੈਨੀਫਿਟ ਇਹ ਆ ਲਵੀ, ਇਹ ਤੁਸੀਂ ਦੇਖ ਲਓ ਲਵੀ, ਇਹਨਾਂ ਨੇ ਓਵਲ ਸ਼ੇਪ ਬਣਾਇਆ ਹੋਇਆ ਗਾ ਉੱਪਰ, ਇਹਨਾਂ ਨੇ ਇਹ 5-5 ਫੁੱਟ ਤੱਕ ਕੰਧਾਂ ਕੱਢਤੀਆਂ ਇੱਥੇ, ਇਹ 5-5 ਫੁੱਟ ਚਾਰੇ ਪਾਸੇ ਕੰਧਾਂ ਹੈਗੀਆਂ। ਅਤੇ ਆਹ ਗੇਟ ਲਾਇਆ ਹੋਇਆ, 2 ਗੇਟ ਲਾਏ ਹੋਏ ਆ, ਇਹਦੇ ਅੰਦਰ ਹੁਣ ਵੀ ਹਵਾ ਆਉਂਦੀ ਹੈ, ਇੱਕ ਪੱਖਾ ਵੀ ਫਿੱਟ ਕਰਾਇਆ ਹੋਇਆ ਇਹਨਾਂ ਨੇ ਵੈਨਸਨ ਕੰਪਨੀ ਦਾ। ਅਤੇ ਕਿਊਬੀਕਲ ਲਾਏ ਹੋਏ ਆ, ਕਿੰਨੇ ਕਿਊਬੀਕਲ ਲਾਏ ਇੱਥੇ ਲਗਭਗ ਜੀ? ਇਹਦੇ ਵਿੱਚ ਲਗਭਗ 20 ਗਾਵਾਂ ਇਹਦੇ ਵਿੱਚ ਬੈਠ ਜਾਂਦੀਆਂ ਆ ਕੇ। ਹੁਣ ਮੱਛਰ ਹੁੰਦਾ ਜਦੋਂ ਇਹਨਾਂ ਨੇ ਲਗਭਗ ਜਿਹੜਾ ਸ਼ੈੱਡ ਬਣਾਇਆ 20 ਗਾਵਾਂ ਦਾ ਸ਼ੈੱਡ ਬਣਾਇਆ ਹੋਇਆਗਾ, ਜਦੋਂ ਵੀ ਇੱਥੇ ਮੱਛਰਦਾਨੀ ਆ, ਇਹਨਾਂ ਨੇ ਓਵਲ ਟਾਈਪ ਇਹਨਾਂ ਨੇ ਆਹ ਪਾਈਪਾਂ ਲਾ ਕੇ ਕੰਧ ਦੇ ਉੱਪਰ ਆ ਫਿਟਿੰਗ ਕਰਕੇ ਸਕੰਜਾ ਤਿਆਰ ਕਰਕੇ ਫਿੱਟ ਕਰਿਆ ਹੋਇਆ ਉੱਪਰ ਆ, ਉੱਪਰ ਇਹਦੇ ਮੱਛਰਦਾਨੀ ਲਾਈ ਹੋਈ ਆ। ਹੁਣ ਜੇ ਆਪਾਂ ਸ਼ੈੱਡ ਦੇ ਵਿੱਚ ਮੱਛਰਦਾਨੀ ਲਾਉਣੀ ਤਾਂ ਬਹੁਤ ਔਖੀ ਆ ਆਪਾਂ ਨੂੰ, ਇਹਨਾਂ ਨੇ ਜਿੱਥੇ ਜਿੱਥੇ ਜਿਹੜੇ ਕਿਊਬੀਕਲ ਲਾਏ ਹੋਏ ਸੀ ਉਹਨੇ ਉਹਨੇ ਜਗ੍ਹਾ 'ਤੇ ਮੱਛਰਦਾਨੀ ਲਾ ਤੀ, ਕਵਰ ਕਰਤਾ। ਹੁਣ ਰਾਤ ਨੂੰ ਇੱਥੇ ਐਨੀਮਲ ਆ ਕੇ ਬੈਠ ਜਾਂਦੇ ਆ, ਰਾਤ ਨੂੰ ਆਇਆ ਲੈ ਵੀ ਮੱਛਰ ਤੋਂ ਬਚਾਅ ਹੋ ਜਾਂਦਾ, ਜਿਵੇਂ ਹੁਣ ਗਰਮੀ ਜਾ ਕੇ ਮੱਛਰ ਬਹੁਤ ਹੋ ਜਾਂਦਾ, ਮੱਖੀ ਬਹੁਤ ਹੋ ਜਾਂਦੀ ਆ, ਅਸੀਂ ਅੰਦਰ ਖੜ੍ਹੇ ਹਾਂ ਇੱਥੇ ਮੱਖੀ ਮੱਛਰ ਤਾਂ ਬਿਲਕੁਲ ਵੀ ਹੈ ਨਹੀਂ। ਬਾਕੀ ਆਇਆ ਇਹਨਾਂ ਦੇ ਪੱਖਾ ਵੀ ਲਾਇਆ ਹੋਇਆ ਸਾਹਮਣੇ ਵੈਨਸਨ ਦਾ, ਹਵਾ ਵੀ ਵਧੀਆ ਆਉਂਦਾ, ਸਾਰੇ ਐਨੀਮਲਾਂ ਨੂੰ ਹਵਾ ਵੀ ਆਉਂਦੀ ਆ। ਬਾਕੀ ਜੇ ਕਿਸੇ ਵੀਰ ਨੇ ਵੀ ਬਣਾਉਣਾ ਹੋਵੇ ਇਹ, ਜਾਂ ਮੱਛਰ ਤੋਂ ਆਪਾਂ ਕਹਿਣਾ ਮੱਛਰ ਜ਼ਿਆਦਾ ਵੱਡੇ ਸ਼ੈੱਡ ਦੇ ਵਿੱਚ ਮੱਛਰਦਾਨੀ ਨਹੀਂ ਲੱਗ ਸਕਦੀ, ਤਾਂ ਇਹ 5-5 ਫੁੱਟ ਕੰਧਾਂ ਕੱਢ ਕੇ ਅਤੇ ਪੱਖਾ ਫਿੱਟ ਕਰਦੇ ਇੱਕ ਸਾਹਮਣੇ। ਜੇ ਕਿਸੇ ਨੇ ਜ਼ਿਆਦਾ ਲੰਬਾ ਪਾਉਣਾ ਤਾਂ ਦੋਨੇ ਸਾਈਡ ਵੀ ਪੱਖਾ ਫਿੱਟ ਕਰ ਸਕਦੇ ਹਾਂ ਆਪਾਂ, ਇੱਧਰ ਵੀ ਪੱਖਾ ਅਤੇ ਇੱਧਰ ਵੀ ਪੱਖਾ, ਅਤੇ 10-10 ਇੱਧਰ ਕਿਊਬੀਕਲ, 10 ਇੱਧਰ ਹੋ ਗਏ, 10 ਇੱਧਰ ਹੋ ਗਏ ਕਿਊਬੀਕਲ। ਐਨੀਮਲ ਆਰਾਮ ਨਾਲ ਬੈਠਦੇ ਆ, ਦੁੱਧ ਨਹੀਂ ਟੁੱਟਦੇ, ਦੁੱਧ ਵਧੀਆ ਦਿੰਦੇ ਆ। ਹੁਣ ਰਾਤ ਨੂੰ ਜਦੋਂ ਹਨੇਰਾ ਹੋ ਜਾਂਦਾ, ਮੱਛਰ ਹੋ ਜਾਂਦਾ, ਆਪਣੇ ਆਪ ਹੀ ਐਨੀਮਲ ਦਾ ਗੇਟ ਖੋਲ ਆਪਣੇ ਆਪ ਹੀ ਆ ਜਾਂਦੇ ਆ ਜੀ, ਬਰਾੜ ਸਾਹਿਬ ਨੂੰ ਵੀ ਮਿਲਾ ਦਿੰਦੇ ਆ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਇਹ ਆ ਬਰਾੜ ਸਾਹਿਬ ਈਸ਼ਵਰ ਸਿੰਘ ਬਰਾੜ ਜੀ, ਜਿਨ੍ਹਾਂ ਦਾ ਡੈਰੀ ਫਾਰਮ ਆ ਜੀ। ਇਹਨਾਂ ਨੇ ਤੁਸੀਂ ਇੱਕ ਐਂ ਵੀ ਦੱਸ ਦਿਓ ਵੀ ਕਿੱਦਾਂ ਹੀ ਤੁਰ ਗਿਆ ਤੁਹਾਨੂੰ ਡੈਰੀ ਫਾਰਮ ਬਣਾਏ ਨੂੰ ਜੀ? ਇਹਨੂੰ 2 ਸਾਲ ਹੋ ਗਏ ਜੀ। ਇਹ ਆਪਣਾ ਜਿਹੜਾ ਇਹ ਬਣਾਇਆ ਜੀ, ਇੰਨੀ ਜਗ੍ਹਾ ਤੁਸੀਂ ਬਣਾਈ ਆ ਇਹ, ਅਤੇ ਇਹ ਕਿਹਨੇ ਰਾਏ ਦਿੱਤੀ ਤੁਹਾਨੂੰ ਪਹਿਲਾਂ ਤਾਂ ਇਹ ਦੱਸ ਦਿਓ ਕਿ ਆਪਦੀ ਦਿਮਾਗ ਦੀ ਗੱਲ। ਆਪਦੀ ਐਕਚੁਅਲ 'ਚ ਮੈਂ ਇੱਥੇ ਆਇਆ ਸੀਗਾ ਔਰ ਮੈਂ ਦੇਖਿਆ ਕਿ ਮੱਛਰ ਬਹੁਤ ਤੰਗ ਕਰਦਾ ਹੈ। ਮੈਂ ਖੁਦ ਆਪਣੇ ਨੂੰ ਫੀਲ ਕੀਤਾ ਕਿ ਅਗਰ ਮੇਰੇ ਮੈਨੂੰ ਇੰਨਾ ਮੱਛਰ ਖਾਂਦਾ ਹੈ ਤੇ ਐਨੀਮਲ ਨੂੰ ਕਿੰਨਾ ਪਰੇਸ਼ਾਨੀ ਹੋਏਗੀ, ਦੁੱਧ ਦੇਣ ਨੂੰ ਵੀ ਔਰ ਵੈਸੇ ਵੀ। ਤੇ ਇੱਕ ਅਸੀਂ ਇਹ ਟੈਂਪਰੇਰੀ ਬੇਸ ਤੇ ਬਣਾ ਕੇ ਦੇਖਿਆ ਹੈ ਸੀ ਕਿ ਇਹ ਕੁਝ ਕੰਮ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਤੇ ਮੈਨੂੰ ਕੀ ਲੱਗਦਾ ਹੈ ਕਿ ਇਹ ਬਹੁਤ ਜ਼ਿਆਦਾ ਸਕਸੈਸ ਹੈ, ਬਹੁਤ ਜ਼ਿਆਦਾ ਕਾਰਗਰ ਹੈ, ਉੱਤੇ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ। ਅਸੀਂ ਓਵਲ ਸ਼ੇਪ ਰੱਖਿਆ ਹੈਗਾ ਕਿਉਂਕਿ ਇਹ ਕੋਈ ਵੇਰੇਬਲ, ਇਹਨੂੰ ਅਗਰ ਮੋਟੀ ਜਾਲੀ ਵੀ ਲਾ ਦਈਏ ਤਾਂ ਉਹ ਵੀ ਇਹਨੂੰ ਭਾਰ ਸਹਿ ਸਕਦੀ ਹੈ। ਔਰ ਇਹ ਮੱਛਰਦਾਨੀ ਹੈਗੀ ਹੈ ਆਰਾਮ ਨਾਲ ਉੱਤੇ ਟਿੱਕੀ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਇੱਥੇ ਤੁਸੀਂ 5 ਫੁੱਟ ਹਾਈਟ ਕਰਨੀ ਹੈ ਇਹਦੀ ਦੀਵਾਰ ਦੀ, ਔਰ 2 ਫੁੱਟ ਜਾਲੀ ਲਾਉਣੀ ਹੈ, ਪੱਕੀ ਲੋਹੇ ਦੀ ਜਾਲੀ ਜਿਹੜੀ ਹੁੰਦੀ ਹੈ ਉਹ ਲਾਉਣੀ ਹੈ। ਉਹਦੇ ਬਾਅਦ ਇਹ ਉੱਤੇ ਤੁਸੀਂ ਆਹ ਸਸਤੀ ਜੀ ਇੱਕ ਜੁਗਾੜ ਕਰ ਸਕਦੇ ਹੋ। ਬਿਲਕੁਲ ਬਿਲਕੁਲ। ਔਰ ਤੁਹਾਡੇ ਐਨੀਮਲ ਆਰਾਮ ਨਾਲ ਇੱਥੇ ਬੈਠੇ ਰਹਿੰਦੇ ਨੇ, ਰਾਤ ਨੂੰ ਕੋਈ ਉਹਨਾਂ ਨੂੰ ਪਰੇਸ਼ਾਨੀ ਨਹੀਂ ਹੈਗੀ। ਬਾਕੀ ਤੁਸੀਂ ਐਂ ਦੱਸ ਦਿਓ ਕਿੰਨਾ ਖਰਚਾ ਆ ਗਿਆ ਲਗਭਗ ਅੰਦਰ ਅੰਦਰ ਬਣਾਉਣ 'ਤੇ ਜੀ? ਇਹ ਜੀ ਤੁਹਾਨੂੰ ਅਗਰ ਮੋਟਾ ਮੋਟਾ ਆਪਾਂ ਦੱਸ ਦਿਓ, ਇਹ ਅਸੀਂ ਪਿਲਰ 'ਤੇ ਬਣਾਈ ਹੋਈ ਹੈ ਵੈਸੇ, ਅਗਰ ਪਿਲਰ 'ਤੇ ਨਾ ਬਣਾਈਏ ਤਾਂ ਇਹ ਤੁਹਾਨੂੰ 50,000 ਦਾ ਖਰਚਾ ਹੋਊਗਾ, ਇਹ ਤੋਂ ਜ਼ਿਆਦਾ ਨਹੀਂ ਹੈ। ਠੀਕ ਹੈ ਜੀ। ਇਹ ਪਿਲਰ 'ਤੇ ਬਣਾਉਣ ਕਰਕੇ ਖਰਚਾ ਜ਼ਿਆਦਾ ਆ ਗਿਆ ਜੀ, ਪਿਲਰ ਬਣਾਉਣ ਵਾਸਤੇ ਖਰਚਾ ਜ਼ਿਆਦਾ ਲੱਗ ਗਿਆ,
ਔਰ ਸਿੰਗਲ ਦੀਵਾਰ ਹੈ ਇਸ ਕਰਕੇ ਖਾਦਾ ਅਗਰ ਤੁਸੀਂ 9 ਇੰਚ ਦੀ ਕੰਧ ਕਰੋਗੇ ਤਾਂ ਫਿਰ ਵੀ ਠੀਕ ਰਹੂਗਾ। ਅਤੇ ਕਿਹੜੇ ਸੰਨ ਦੇ ਵਿੱਚ ਤੁਸੀਂ ਸ਼ੁਰੂ ਕਰਿਆ ਸੀ ਜੀ ਇਹ? ਇਹ ਜੀ 2000 ਮਤਲਬ 21 ਸ਼ੁਰੂ ਕੀਤਾ ਸੀਗਾ ਮੇਨ 21 ਪ੍ਰੋਪਰਲੀ 21 ਜੀ। ਠੀਕ ਹੈ, ਅਤੇ ਤੁਸੀਂ ਐਂ ਦੇਖੋ ਇਹ ਗੁਮਟੀ ਪਿੰਡ ਦੇ ਵਸਨੀਕ ਆ, ਇਹ ਜੋਬ ਕਰਦਾ, ਇਹਨਾਂ ਦੇ ਬੇਟੇ ਨੇ ਕਰਿਆ ਡੈਰੀ ਫਾਰਮ ਇੱਥੇ, ਅਤੇ ਇਹ ਦਿੱਲੀ ਰਹਿੰਦੇ ਆ, ਸਾਰੀ ਫੈਮਿਲੀ ਦਿੱਲੀ ਰਹਿੰਦੀ ਹੈ ਨਾ ਜੀ? ਅਤੇ ਇਹ ਔਨਲਾਈਨ ਕੈਮਰੇ ਵਗੈਰਾ ਲਾਏ ਆ, ਉੱਥੋਂ ਹੀ ਮੈਨੇਜ ਕਰਦੇ ਹੋ ਸਾਰਾ ਫਾਰਮ? ਉੱਥੋਂ ਹੀ ਮੈਨੇਜ ਕਰਦੇ। ਅਤੇ ਤੁਸੀਂ ਐਂ ਦੱਸੋ ਜੀ ਹੁਣ ਦੁੱਧ ਵਗੈਰਾ ਠੀਕ ਹੈ ਤੁਹਾਡੇ ਫਾਰਮ 'ਤੇ ਆਪਣਾ? ਹੁਣ ਦੁੱਧ ਮੇਰੇ ਕੋਲ ਕੁਆਂਟਕ ਦੁੱਧ ਹੈਗਾ ਜੀ, ਔਰ ਮਤਲਬ ਅੱਛਾ ਚੱਲ ਰਿਹਾ, ਕੋਈ ਮੈਨੂੰ ਉਹੋ ਜਿਹੀ ਲੋੜ ਨਹੀਂ ਹੈ ਕਿ ਦੁੱਧ ਨਹੀਂ ਵੱਧਦਾ। ਜਦੋਂ ਠੰਡ ਆ ਜੂਗੀ ਦੁੱਧ ਹੋਰ ਵੱਧ ਜੂਗਾ, ਕਿਉਂਕਿ ਇਸ ਟਾਈਮ ਜ਼ਿਆਦਾ ਦੁੱਧ ਟੁੱਟਦਾ ਹੈ। ਬਿਲਕੁਲ ਟੁੱਟਦਾ, ਬਿਲਕੁਲ ਟੁੱਟਦਾ। ਔਰ ਉਸ ਟਾਈਮ ਅਸੀਂ ਇਹ ਮੱਛਰ ਦਾ ਪ੍ਰਬੰਧ ਕਰ ਲਿਆ ਜ਼ਿਆਦਾ, ਇਹਦੇ ਨਾਲ ਮੇਨਟੇਨ ਰਿਹਾ, ਮੇਨਟੇਨ ਰਿਹਾ ਦੁੱਧ, ਉਹ ਟੁੱਟਿਆ ਨਹੀਂ ਹੈ। ਬਿਲਕੁਲ ਬਿਲਕੁਲ ਜੀ, ਮੇਨ ਗੱਲ ਤਾਂ ਇਹ ਹੈ ਵੀਰੇ ਯਾਰ, ਜਿੱਥੇ ਜਦੋਂ ਆਪਣੇ ਆਪ ਦੇ ਮੱਛਰ ਲੜੀ ਜਾਂਦਾ, ਐਨੀ ਮਿਲਾਉਣ ਤਾਂ ਲੜਨਾ ਹੀ ਲੜਨਾ ਨਹੀਂ। ਹਰੇਕ ਬੰਦੇ ਦੀ ਪ੍ਰੋਬਲਮ ਹੁੰਦੀ ਹੈ ਜੀ ਇਹ ਮੱਛਰ ਤੋਂ ਕਿਵੇਂ ਬਚਿਆ ਜਾਵੇ। ਕਿਉਂ ਜੇ ਆਪਾਂ ਪੂਰੇ ਸ਼ੈੱਡ 'ਚ ਕਹਿੰਦੇ, ਜਿਵੇਂ ਤੁਹਾਡਾ ਵੱਡਾ ਸ਼ੈੱਡ ਆ, ਬਾਹਰਾਂ ਜੋ ਦਿਖਾਈ ਦਿੰਦੇ ਹਾਂ ਮਾੜਾ ਜਿਹਾ, ਜਿਵੇਂ ਆਹ ਪੂਰਾ ਸ਼ੈੱਡ ਆ, ਜੇ ਆਪਾਂ ਇੱਥੇ ਚਾਹੀਏ ਤਾਂ ਇੱਥੇ ਤਾਂ ਮੱਛਰਦਾਨੀ ਨਹੀਂ ਲੱਗ ਸਕਦੀ ਇੱਥੇ ਜੀ, ਮਤਲਬ ਟਿਕਾ ਨਹੀਂ ਹੋ ਸਕਦਾ ਮੱਛਰ, ਕਿਤੋਂ ਨਾ ਕਿਤੋਂ ਅੰਦਰ ਆ ਹੀ ਜਾ, ਅੰਦਰ ਆ ਹੀ ਜਾਣਾ, ਅੰਦਰ ਆ ਹੀ ਜਾਣਾ। ਤਾਂ ਕਰਕੇ ਲਵੀ ਇਹ ਪੋਰਸ਼ਨ ਬਣਿਆ ਕਰਕੇ ਇਹਦਾ ਬੈਨੀਫਿਟ ਬਹੁਤ ਆ। ਬਾਕੀ ਇੱਕ ਆਇਆ ਜੀ, ਕਿਊਬੀਕਲ ਵੀ ਲਾਏ ਆ, ਤੁਹਾਡੇ ਸਫਾਈ ਵੀ ਬਹੁਤ ਰਹਿੰਦੀ ਹੈ ਜੀ। ਉਹ ਸਾਰੇ ਨਹੀਂ ਤਾਂ ਅਗਰ ਕਿਊਬੀਕਲ ਨਹੀਂ ਲੱਗੂਗਾ ਤਾਂ ਇੱਕ ਦੂਜੇ ਦੇ ਉੱਤੇ ਪਸ਼ੂ ਬੈਠੂਗਾ, ਕਿਊਬੀਕਲ ਲੱਗੇ ਨੇ ਤਾਂ ਇਹਦੇ ਅੰਦਰ ਆਪਣਾ ਆਪਣਾ ਇੱਕ ਇੱਕ ਪਸ਼ੂ ਉਹਦੇ ਅੰਦਰ ਜਾ ਕੇ ਬਹਿ ਜਾਂਦੇ। ਦੇਖੋ ਐਂ ਆ ਕੇ ਹੁਣ ਬਾਹਰ ਧੁੱਪ ਲੱਗੀ ਥੋੜ੍ਹੀ ਜਿਹੀ, ਇੱਥੇ ਹਵਾ ਚੱਲਦੀ ਸੀ, ਆ ਕੇ ਬਹਿ ਗਈਆਂ ਗਾਵਾਂ, ਹਜੇ ਪੱਖਾ ਵੀ ਨਹੀਂ ਲੱਗਿਆ ਹੋਇਆ। ਇਹ ਕੰਸੈਪਟ ਦੇਖੋ ਜੀ ਕਿੰਨਾ ਵਧੀਆ ਹੈਗਾ ਜਿਹੜਾ ਇਹ ਹੈਗਾ, ਇਹਦੇ ਵਿੱਚ ਤੁਸੀਂ ਬਰਾੜ ਸਾਹਿਬ ਇੱਕ ਹੋਰ ਦੱਸੋ ਸਾਨੂੰ ਇੱਥੇ ਆ ਕੇ, ਅਤੇ ਇਹਦੀ ਹਾਈਟ ਤੁਸੀਂ ਕਿੰਨੀ ਕੁ ਰੱਖੀ ਹੈ ਜਿਹੜਾ ਆਪਾਂ ਸ਼ੈੱਡ ਬਣਾਇਆ? ਇਹ ਹਾਈਟ ਧਰਤੀ ਨੂੰ ਆਪਾਂ, ਤੁਸੀਂ ਧਰਤੀ ਤੋਂ ਘੱਟੋ ਘੱਟ 7 ਤੋਂ 8 ਫੁੱਟ ਤੁਸੀਂ ਉੱਤੇ ਰੱਖਣਾ, ਕਿਉਂਕਿ ਜਿਹੜੀ ਹਿਊਮਿਡਿਟੀ ਹੁੰਦੀ ਹੈ ਉਹ ਥੱਲੇ ਥੱਲੇ ਹੁੰਦੀ ਹੈ। ਤੁਸੀਂ ਐਂ ਦੱਸੋ ਜੀ, ਜੇ ਹੁਣ ਹਨੇਰੀ ਆਊ ਜ਼ਿਆਦਾ ਨੁਕਸਾਨ ਨਹੀਂ ਹੋਊਗਾ? ਨਹੀਂ, ਕੋਈ ਨੁਕਸਾਨ ਨਹੀਂ ਹੈ ਜੀ ਇਹਦਾ। ਠੀਕ ਹੈ ਜੀ, ਅਗਰ ਹਨੇਰੀ ਆਏਗੀ ਉਹ ਉੱਤੇ ਆਏਗੀ ਨਾ ਹਨੇਰੀ? ਠੀਕ ਆ, ਹਾਂਜੀ ਹਾਂਜੀ। ਅਗਰ ਸ਼ੈੱਡ ਉਣਾਉਣਾ ਉਹ ਉੱਤੇ ਵਾਲਾ ਵੀ ਉੱਡ ਸਕਦਾ ਹੈਗਾ। ਬਿਲਕੁਲ, ਅਤੇ ਇਹ 8 ਫੁੱਟ ਹਾਈਟ ਦੇਣੀ ਚਾਹੀਦੀ ਹੈ, ਕਿਉਂਕਿ ਇੱਥੇ ਨਾ ਹਿਊਮਿਡਿਟੀ ਨਹੀਂ ਹੋਏਗੀ। ਠੀਕ ਹੈ ਜੀ, ਇਸ ਟਾਈਮ ਗੁੰਮ ਹੋ ਜਾਂਦਾ ਹੈ, ਗੁੰਮ ਹੋ ਜਾਂਦਾ ਹੈ ਜਿਹੜਾ ਥੱਲੇ ਪਾਣੀ ਲੱਗਦਾ ਹੈ ਔਰ ਥੱਲੇ ਥੱਲੇ ਗੁੰਮ ਹੋ ਜਾਂਦਾ ਹੈ, ਇਹ ਫਸਲ ਤੋਂ ਉੱਤੇ ਆ ਜਾਂਦਾ ਹੈ। ਇਹ 8 ਫੁੱਟ ਹਾਈਟ ਦਿੱਤੀ ਹੋਈ ਹੈ ਇਸ ਲੈਵਲ ਦੀ ਅਸੀਂ। ਬਿਲਕੁਲ ਬਿਲਕੁਲ, ਔਰ ਇਹਦੇ ਅੰਦਰ ਤੁਸੀਂ ਇੱਥੇ ਖੜ੍ਹੇ ਹੋ ਕੇ ਦੇਖੋ, ਤੁਹਾਨੂੰ ਪੱਖਾ ਲਾਉਣ ਦੀ ਲੋੜ ਨਹੀਂ ਹੈ। ਹਾਂ, ਹਵਾ ਬਹੁਤ ਲੱਗਦੀ ਹੈ, ਮੈਂ ਖੜ੍ਹ ਕੇ ਦੇਖਿਆ, ਹਵਾ ਇੱਥੇ ਨੈਚੁਰਲੀ ਤੁਹਾਨੂੰ ਹਵਾ ਲੱਗਦੀ ਹੈ ਇੱਥੇ, ਠੰਡ ਵੇਲੇ ਜ਼ਿਆਦਾ ਠੰਡ ਹੋਊ ਫਿਰ ਇੱਥੇ ਜੀ, ਅਤੇ ਫਿਰ ਉਹਨੂੰ ਅਸੀਂ ਇੱਥੇ ਆ ਜਾਂਦੀਆਂ, ਠੰਡ ਵੇਲੇ ਵੀ ਜਦੋਂ ਮੱਛਰ ਹੁੰਦਾ ਉਦੋਂ ਇੱਥੇ ਆ ਜਾਂਦੀਆਂ, ਜਦੋਂ ਠੰਡ ਹੁੰਦੀ ਹੈ ਉਦੋਂ ਵੀ ਇੱਥੇ ਆ ਜਾਂਦੀਆਂ। ਸ਼ੈੱਡ ਦੇ ਵਿੱਚ ਜਿਹੜਾ ਇਹ ਕੰਸੈਪਟ ਬਣਾਇਆ ਹੋਇਆ, ਉੱਪਰ ਸ਼ੈੱਡ ਪਾਇਆ ਹੋਇਆ, ਵਿੱਚ ਆਹ ਐਂਗਲ ਲਾ ਕੇ ਉੱਤੇ ਮੱਛਰਦਾਨੀ, ਮੈਂ ਪਹਿਲਾਂ ਵੀ ਦੱਸਤਾ ਵੀਡੀਓ 'ਚ, ਇਹਦਾ ਬੈਨੀਫਿਟ ਦੇਖੋ ਬਾਈ, ਗਰਮੀ ਦੇ ਵਿੱਚ ਤਾਂ ਹੈਗੀ ਹੈਗਾ, ਠੰਡ 'ਚ ਵੀ ਹੈਗਾ, ਠੰਡ 'ਚ ਵੀ ਹੈਗਾ, ਠੰਡ 'ਚ ਹੈਗਾ, ਜੇ ਹਵਾ ਲੱਗਦੀ ਹੈ ਇਹਨਾਂ ਨੂੰ, ਕਿਉਂ ਉੱਚਾ ਬਹੁਤ ਆ ਇਹ 8 ਫੁੱਟ ਧਰਤੀ ਨੂੰ ਉੱਚਾ ਬਣਿਆ ਹੋਇਆ ਸ਼ੈੱਡ ਆ, ਭਰਤ ਭਰਤੀ 8 ਫੁੱਟ ਪਾ ਕੇ ਉਦੋਂ ਉੱਤੇ ਪਿੱਲਰ ਲਾਏ ਹੋਏ ਆ ਇਹਨਾਂ ਦੇ, ਅਤੇ ਇਹਦੇ ਵਿੱਚ ਆ ਕੇ ਬਹਿੰਦੀਆਂ ਗੀਆਂ ਸਰਦੀ ਦੇ ਵਿੱਚ, ਅਤੇ ਹਵਾ ਨਹੀਂ ਲੱਗਦੀ ਇਹਨਾਂ ਨੂੰ ਇੱਥੇ। ਇਸ ਟਾਈਮ ਦੇਖੋ ਜੀ ਤੁਹਾਨੂੰ ਹਵਾ ਕਿੰਨੀ ਹਵਾ ਆ ਰਹੀ ਹੈ, ਪ੍ਰੈਸ਼ਰ ਨਾਲ ਹਵਾ ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ, ਅਤੇ ਇਹਦਾ ਮਤਲਬ ਇਹ ਠੰਡ 'ਚ ਵੀ ਕੰਮ ਕਰਦਾ ਗਾ ਅਤੇ ਗਰਮੀ 'ਚ ਵੀ, ਗਰਮੀ 'ਚ ਵੀ ਕੰਮ ਕਰਦਾ ਹੈ। ਨਹੀਂ, ਬਹੁਤ ਵਧੀਆ ਬਣਿਆ, ਜਦੋਂ ਜੀ ਕਰਦਾ ਮੱਛਰਦਾਨੀ ਜੇ ਵਾੜਦੀ ਹੈ ਤਾਂ ਬਦਲ ਵੀ ਸਕਦੇ ਹੋ, ਬਹੁਤ ਘੱਟ ਖਰਚਾ ਆਉਂਦਾ। ਕਿੰਨੇ ਸਾਲ ਹੋ ਗਏ ਮੱਛਰਦਾਨੀ ਲੱਗੀ ਨੂੰ ਜੀ? ਇਹ ਜੀ 2 ਸਾਲ ਹੋ ਗਏ ਜੀ ਲੱਗੇ ਹੋਏ ਨੂੰ। 2 ਸਾਲ ਹੋ ਗਏ, ਦੇਖੋ ਇਹ ਵੀ ਨਹੀਂ ਫਟੀ ਕਿਤੋਂ, ਨਹੀਂ ਆਮ ਆਪਾਂ ਕਹਿੰਦੇ ਨਾ ਮੱਛਰਦਾਨੀ ਖਰਾਬ, 2 ਸਾਲ ਹੋ ਗਏ, ਪੂਰੀ ਵਧੀਆ ਮੱਛਰਦਾਨੀ ਲੱਗੀ। ਇਹ ਮੱਛਰਦਾਨੀ ਲਾ ਕੇ ਉੱਤੇ ਪਤਲੀ ਰੱਸੀ ਤੁਸੀਂ ਪਾ ਦਿਓ ਅਤੇ ਉਹਦੇ ਨਾਲ ਟਾਈਟ ਕਰ ਦਿਓ ਅਤੇ ਇਹ ਉੱਡਦੀ ਵੀ ਨਹੀਂ ਹੈ ਉੱਤੇ। ਹਾਂ, ਉੱਪਰ ਪਾਈ ਹੋਈ ਆ, ਦੇਖੋ ਪਤਲੀ ਰੱਸੀ ਉੱਤੇ ਲਾਈ ਹੋਈ ਹੈ, ਉੱਤੇ ਲਾਈ ਹੋਈ ਹੈ। ਠੀਕ ਹੈ ਠੀਕ ਹੈ ਜੀ, ਵੀ ਡਬਲ ਕੰਮ ਦਿੰਦਾ ਇਹ ਆਪਾਂ ਨੂੰ ਜੀ। ਹਾਂ, ਸਰਦੀ 'ਚ ਵੀ ਕੰਮ ਆਉਂਦਾ, ਗਰਮੀ 'ਚ ਵੀ ਕੰਮ ਆਉਂਦਾ। ਠੀਕ, ਇਹ ਜਿਹੜਾ ਸਿਰਫ ਖਰਚਾ ਹੈ ਇੱਥੋਂ ਇੱਥੋਂ ਤੱਕ ਖਰਚਾ ਹੈ, ਇਹਦੇ ਬਾਅਦ ਕੋਈ ਖਰਚਾ ਨਹੀਂ ਹੈ। ਇਹ ਜਾਲੀ ਮੱਛਰਦਾਨੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਸਸਤੀ ਆਉਂਦੀ ਹੈ ਇਹ। ਅਗਰ 2 ਸਾਲ 3 ਸਾਲ ਚੱਲ ਵੀ ਜਾਏਗੀ ਸਾਡੀ ਮੱਛਰਦਾਨੀ, ਹਜੇ ਤੱਕ ਵੀ ਮੈਨੂੰ ਲੱਗਦਾ ਹੈ ਕਿ 4 ਸਾਲ ਆਰਾਮ ਨਾਲ ਚੱਲੂਗੀ। ਚੱਲੂਗੀ, ਇਹਨੂੰ ਕੁਛ ਨਹੀਂ ਹੁੰਦਾ ਜੀ, ਖਰਾਬ ਨਹੀਂ ਹੁੰਦੀ ਮੱਛਰ, ਨਹੀਂ ਹੁੰਦੀ ਜੀ। ਬਹੁਤ ਵਧੀਆ ਕੰਸੈਪਟ ਆ ਜੀ, ਬਹੁਤ ਵਧੀਆ ਇਹ, ਜੇ ਕਿਸੇ ਨੇ ਵੀ ਆਪਦੇ ਫਾਰਮ 'ਤੇ ਬਣਾਉਣਾ ਚਾਹੁੰਦਾ ਕੋਈ, ਗੁਮਟੀ ਕਲਾਂ ਆ ਕੇ ਦੇਖ ਵੀ ਸਕਦਾ ਗਾ। ਨੀਅਰ ਜੰਡ ਜੰਡ ਸਾਹਿਬ, ਨੀਅਰ ਜੰਡ ਸਾਹਿਬ ਗੁਰਦੁਆਰਾ, ਇਹਦੇ ਨੇੜੇ ਆ ਇਹਨਾਂ ਦਾ ਫਾਰਮ। ਜੇ ਕਿਸੇ ਨੇ ਸ਼ੈੱਡ ਦੇ ਨੀਚੇ ਇਹ ਕਿਊਬੀਕਲ ਸਿਸਟਮ ਲਾ ਕੇ ਬਣਾਉਣਾ ਚਾਹੁੰਦਾ ਤਾਂ ਬਣਾ ਸਕਦਾ। ਆਉਣ ਵਾਲੇ ਸਮੇਂ ਥੋੜ੍ਹਾ ਖਰਚਾ ਕਰਨ ਨਾਲ ਹੀ, ਨਾ ਤਾਂ ਠੰਡ 'ਚ ਬਚਾਇਆ ਜਾਂਦਾ ਗਾ, ਨਾ ਹੀ ਮੱਛਰ ਤੋਂ ਬਚਾਇਆ ਜਾਂਦਾ। ਬਾਕੀ ਵੀਰ ਜੀ ਕੋਲੇ ਜ਼ਿਆਦਾ ਬਰੀਡ ਜਰਸੀ ਰੱਖੀ ਹੋਈ ਹੈ, ਹੈ ਨਾ ਜੀ? ਜੀ ਹਾਂ, ਮੇਰੇ ਕੋਲ ਬਰੀਡ ਜ਼ਿਆਦਾ ਜਰਸੀ ਰੱਖੀ ਹੋਈ ਹੈ। ਬਹੁਤ ਵਧੀਆ ਬਰੀਡ ਰੱਖੀ ਹੈ, ਜਰਸੀ ਵੀ ਵਧੀਆ ਹੈਗੀ, HF ਵੀ ਵਧੀਆ ਹੈਗੀ। ਜਿਵੇਂ ਜਿਵੇਂ ਮੈਂ
ਉਦੋਂ ਬਾਅਦ ਹੁਣ ਤੁਹਾਨੂੰ ਜ਼ਿਆਦਾ ਪ੍ਰੋਫਿਟ ਆਉਣਾ ਸ਼ੁਰੂ ਹੋ ਜਾਏਗਾ। ਨਹੀਂ, ਮੈਨੂੰ ਪੂਰਾ ਯਕੀਨ ਹੈ ਜੀ, ਇਸ ਸਾਲ ਅਸੀਂ ਅੱਛਾ ਦੁੱਧ ਪ੍ਰੋਡਕਟ ਕਰਾਂਗੇ। ਵੈਰੀ ਗੁੱਡ, ਵੈਰੀ ਗੁੱਡ ਜੀ। ਐਂ ਆ ਨਾ ਜੀ, ਜਦੋਂ ਕੋਈ ਨਾ ਕੋਈ ਤਰੱਕੀ ਕਰਦਾ ਜੀ, ਨਾ ਇਹਦਾ ਆਪਦੇ ਮਨ ਨੂੰ ਖੁਸ਼ ਹੁੰਦੀ ਹੈ, ਨਾ ਇਹ ਹੁੰਦਾ ਆਪਦਾ ਭਰਾ ਜਾਂ ਡੇਅਰੀ ਫਾਰਮ ਤਰੱਕੀ ਕਰਦਾ ਹੈਗਾ। ਜਿਵੇਂ ਤੁਸੀਂ ਦਿੱਲੀ ਤੋਂ ਆਏ ਆ, ਇੱਥੇ ਆ ਕੇ ਇੰਨੀ ਮਿਹਨਤ ਕਰੀ, ਐਡਾ ਸ਼ੈੱਡ ਬਣਾਇਆ ਜੀ, ਬਹੁਤ ਵੱਡੀ, ਤਾਂ ਬਣਾਉਣਾ ਹੀ ਬਹੁਤ ਔਖਾ ਜੀ। ਅਗਲਾ ਕਹਿੰਦਾ ਯਾਰ ਐਡੇ ਸ਼ਹਿਰ ਚ ਬੈਠਾ, ਕਿਤੇ ਪਿੰਡ ਜਾ ਕੇ ਰਹਾਂਗੇ। ਨਹੀਂ ਜੀ, ਸਾਡੇ ਡੈਡੀ ਸਾਹਿਬ ਨੇ ਕਿਹਾ ਸੀਗਾ ਜੀ, ਉਹ ਫੌਜ ਸੀਗੇ, ਉਹ ਅੰਗਰੇਜ਼ਾਂ ਦੇ ਟਾਈਮ ਤੇ ਉੱਥੇ ਗਏ ਸੀਗੇ, 1940-38 ਤੇ ਇੱਥੇ ਚਲੇ ਗਏ ਸੀਗੇ। ਠੀਕ ਹੈ ਜੀ, ਤੇ ਉਦੋਂ ਦੇ ਬ੍ਰਿਟਿਸ਼ ਟਾਈਮ ਦੇ ਗਏ ਹੋਏ ਨੇ ਉਹ। ਵੈਰੀ ਗੁੱਡ ਜੀ। ਤੇ ਉਹਨੇ, ਮੈਂ ਉਹਨੂੰ ਡੈਡੀ ਨੂੰ ਵਾਅਦਾ ਕੀਤਾ ਸੀਗਾ ਕਿ ਮੈਂ ਮੁੜ ਕੇ ਪਿੰਡ ਜ਼ਰੂਰ ਜਾਊਂਗਾ। ਵੈਰੀ ਗੁੱਡ, ਬਹੁਤ ਵਧੀਆ ਗੱਲ ਆ ਜੀ। ਦੇਖੋ, ਮੈਂ ਅੱਜ ਕੱਲ੍ਹ ਇੱਕ ਮਿਨਿਸਟਰੀ ਦੇ ਅੰਦਰ ਆਫੀਸਰ ਹੈਗਾ। ਵੈਰੀ ਗੁੱਡ। ਔਰ ਇੱਥੇ ਆਪਣਾ ਡੇਅਰੀ ਫਾਰਮ ਵੀ ਚਲਾ ਰਿਹਾ ਬੱਡੇ ਦੇ ਨਾਲ। ਬੇਟੇ ਦੇ ਨਾਲ ਇਹ ਡੇਅਰੀ ਫਾਰਮ ਚਲਾ ਰਹੇ ਆ, ਦਿੱਲੀ ਜੋਬ ਕਰਦੇ ਆ ਜੀ, ਮਿਨਿਸਟਰੀ ਦੇ ਆਫਿਸ ਦੇ ਵਿੱਚ। ਬਹੁਤ ਵਧੀਆ ਲੱਗਿਆ ਜੀ ਤੁਹਾਡੇ ਇੱਥੇ ਆ ਕੇ। ਇੱਕ ਹੋਰ ਦਿਖਾ ਦੇਣਾ ਜੀ, ਉੱਥੇ ਕਿਊਬੀਕਲ ਵਗੈਰਾ ਲੱਗਿਆ ਸਾਰੇ ਸ਼ੈੱਡ 'ਚ। ਬਾਕੀ ਮੇਨ ਗੱਲ ਤਾਂ ਤੁਸੀਂ ਇਹ ਦੇਖੋ ਵੀ ਪਿੰਡ ਦੇ ਨਾਲ ਲਗਾਅ ਵਾ ਬਾਈ ਜੀ ਦਾ, ਨਹੀਂ ਤਾਂ ਆਮ ਬੰਦਾ ਕਹਿ ਜਾਂਦਾ ਯਾਰ ਸ਼ਹਿਰ 'ਚ ਹੈਗੇ, ਹੁਣ ਦੁਬਾਰੇ ਪਿੰਡ ਜਾਵਾਂਗੇ, ਦੁਬਾਰੇ ਫਿਰ ਕੰਮ ਸ਼ੁਰੂ ਕਰਿਆਗਾ। ਆਹ ਦੇਖੋ ਵੀਰ ਜੀ ਦੇ ਫਾਰਮ ਦੇ ਜਰਸੀ ਕੰਮ। ਬਹੁਤ ਵਧੀਆ ਠੰਡੀ ਨਸਲ ਦੀ ਨਾ ਬਰੀਡ ਹੁੰਦੀ ਹੈ ਜਰਸੀ ਕੰਮ। ਬਾਹਰ ਵੀ ਵੀਰ ਜੀ ਨੇ ਕਿਊਬੀਕਲ ਲਾਏ ਹੋਏ ਆ, ਪੂਰਾ ਮੇਨਟੇਨ ਕਰਿਆ ਹੋਇਆ ਹੈਗਾ। ਦੇਖੋ ਕੰਮ ਬੈਠਿਆ ਵੀਰੇ, ਅਤੇ ਆਹ ਇੱਧਰ ਪਾਣੀ ਵਾਲੀ ਟੈਂਕੀ ਵੀ ਦਿਖਾ ਦੇ ਵੀਰੇ ਯਾਰ। ਆਮ ਆਪਾਂ ਜਿੱਥੇ ਵੀ ਫਾਰਮ 'ਤੇ ਜਾਂਦੇ ਹਾਂ ਜੀ, ਪਾਣੀ ਵਾਲੀ ਟੈਂਕੀ ਤਾਂ ਗੰਦੀ ਹੁੰਦੀ ਹੁੰਦੀ ਹੈ ਯਾਰ। ਅਤੇ ਵੀਰਾਂ ਨੇ ਕਲੀ ਵੀ ਪਾਈ ਹੋਈ ਆ, ਅਤੇ ਦੇਖ ਕਿਵੇਂ ਸਾਫ਼ ਦੀ ਨਾ, ਮੂੰਹ ਦੀ ਨਾ ਪਾਣੀ ਦੇ ਵਿੱਚ, ਇੰਨਾ ਵਧੀਆ ਮੇਨਟੇਨ ਰੱਖਿਆ ਹੋਇਆ ਹੈਗਾ। ਅੱਧੀਆਂ ਗੈਸ ਚੈੱਕ ਕਰਾਵਾਂ, ਜਰਸੀ ਵੀਰਾਂ ਕੋਲ ਜ਼ਿਆਦਾ ਜਗਾਵਾਂਗੀਆਂ। ਇਹਨਾਂ ਦੇ ਦੋਸਤ ਆਏ ਹੋਏ ਆ ਵੀਰ ਜੀ, ਦਿੱਲੀ ਤੋਂ ਹੀ ਆਏ ਹੋਏ ਨਾਲ, ਉਹਨਾਂ ਦੇ ਅਰਜਨ ਰਾਏ ਜੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਰਿਜ਼ਰਵ ਬੈਂਕ ਤੋਂ ਰਿਟਾਇਰ ਹੋਏ ਜੀ, ਇਹਨਾਂ ਦਾ ਮਨ ਮੈਂ ਦਿਖਾਉਣ ਦਾ ਮੇਨ ਮਕਸਦ ਇਹੀ ਹੈ, ਇਹ ਮੇਰੇ ਫਾਰਮ 'ਤੇ ਵੀ ਆਇਆ, ਇਹਨਾਂ ਦਾ ਮਨ ਇੱਥੇ ਆ ਕੇ ਲੱਗਦਾ। ਸਹੀ ਗੱਲ ਹੈ ਜੀ। ਕਿਵੇਂ ਲੱਗਿਆ ਜੀ ਤੁਹਾਨੂੰ ਇਹ ਡੇਅਰੀ ਫਾਰਮ? ਉਹ ਬਹੁਤ ਵਧੀਆ, ਮੈਂ ਤੇ ਬਹੁਤ ਹੀ ਖੁਸ਼ ਹੂੰ, ਇੱਥੇ ਮੈਂ ਰੈਗੂਲਰ ਆਉਂਦਾ ਹਾਂ। ਵੈਰੀ ਗੁੱਡ ਜੀ। ਐਂਡ ਮੈਂ ਤਾਂ ਬਹੁਤ ਇਹ ਐਸੀ ਜਗ੍ਹਾ, ਮੈਂ ਪੰਜਾਬ ਕਾ ਪਿਆਰ, ਪੰਜਾਬ ਸੇ ਪਿਆਰ ਹੂੰ। ਧੰਨਵਾਦ ਜੀ, ਧੰਨਵਾਦ ਜੀ। ਤੁਸੀਂ ਐਂ ਦੇਖੋ ਨਹੀਂ, ਦੋਨੇ ਵੀਰ ਜੀ ਇੱਥੇ ਖੜੇ ਆ, ਇਹ ਦੋਨੇ ਹੀ ਦਿੱਲੀ ਜੋਬ ਕਰਦੇ, ਇਹਦਾ ਰਿਟਾਇਰਮੈਂਟ ਹੋ ਗਈ ਇਹਨਾਂ ਦੀ ਤਾਂ, ਅਤੇ ਤਾਂ ਵੀ ਇਹ ਪਿੰਡ ਆ ਕੇ ਦੇਖੋ ਕੰਮ ਕਰਦੇ ਆ ਜੀ। ਇਹ ਬਹੁਤ ਵੱਡੀ ਗੱਲ ਆ ਜੀ, ਡੇਅਰੀ ਫਾਰਮ ਤੇ ਕੰਮ ਕਰਨਾ, ਉਦੋਂ ਬਾਅਦ ਡੇਅਰੀ ਫਾਰਮ ਕਾਮਯਾਬ ਕਰਨਾ ਜੀ, ਦੋਨੇ ਗੱਲਾਂ ਰਲ ਜਾਂਦੀਆਂ ਜੀ ਇਹ। ਬਾਕੀ ਵੀਰ ਨੇ ਸਾਈਲੇਜ ਵਗੈਰਾ ਵੀ ਪਾਇਆ ਹੋਇਆ ਹੈਗਾ, ਧਾਰਾਂ ਚੋਣ ਵਾਲੀ ਮਸ਼ੀਨ ਵੀ ਰੱਖੀ ਹੋਈ ਆ, ਅਤੇ ਆਹ ਪੈਪਾਂ ਵੀ ਬਹੁਤ ਸੋਹਣੀਆਂ ਲਾਈਆਂ ਇਹਨਾਂ ਨੇ, ਜਿਹੜੀਆਂ ਆਮ ਆਪਣੇ ਪਤਲੀਆਂ ਪੈਪਾਂ ਲਾਈਆਂ ਹੁੰਦੀਆਂ, ਇਹਨਾਂ ਨੇ ਮਜ਼ਬੂਤ ਪੈਪਾਂ ਲਾਈਆਂ ਹੋਈਆਂ ਗੀਆਂ, ਲਵੀ ਐਨੀਮਲ ਖਰਾਬ ਨਾ ਕਰਨ। ਇੱਥੇ ਇਹ ਪੱਠੇ ਪਾ ਦਿੰਦੇ ਆ, ਇਹ ਜਗ੍ਹਾ ਪੱਠੇ ਰਲਾਉਣ ਵਾਸਤੇ, ਉਹ ਕੁਤਰਨ ਵਾਸਤੇ ਮਸ਼ੀਨ ਲਾਈ ਹੋਈ ਹੈ। ਆਹ ਵੀਰ ਜੀ ਕੰਮ ਕਰਦੇ ਆ ਇੱਥੇ, ਆਹ ਖੁੱਲ੍ਹੀ ਜਗ੍ਹਾ ਇੰਨੀ ਛੱਡੀ ਹੋਈ ਹੈ ਸਾਈਡ, ਲੱਗੀ ਪੱਠੇ ਪਾਉਣੇ ਵਗੈਰਾ ਆਉਣਾ ਵਗੈਰਾ ਸੌਖਾ ਹੈਗਾ। ਹੁਣ ਤਾਂ ਇਹਨਾਂ ਕੋਲ ਵੀਰ ਕੋਲ ਸਾਈਲੇਜ ਵਗੈਰਾ ਹੈਗਾ, ਉਹ ਪਿੱਟ ਦਿਖਾ ਦਿੰਦਾ ਸਾਈਲੇਜ ਦੇ, ਬੱਚੀਆਂ ਇਹਨਾਂ ਦੀਆਂ ਦੂਰ ਰੱਖੀਆਂ ਹੋਈਆਂ, ਉਹ ਛੱਡ ਜਿਹੜਾ ਪਰਾਂ ਦਿਖਾਈ, ਉਹ ਸਾਈਡ 'ਤੇ ਬੱਚੀਆਂ ਆਪਾਂ ਨਜ਼ਦੀਕ ਜਾ ਕੇ ਵੀ ਦਿਖਾ ਦਿੰਦੇ ਹਾਂ। ਕੋਈ ਇਹਨਾਂ ਨੇ ਰਹਿਣ ਵਾਸਤੇ ਘਰ ਵੀ ਪਾਇਆ ਹੈਗਾ, ਬਾਕੀ ਜਗ੍ਹਾ ਵੀ ਕਾਫੀ ਹੈ ਜੀ। ਰੋਡ ਕਿੱਲਾ ਹੈ ਜੀ, ਇਹ ਪੂਰਾ ਚਾਰ ਦੀਵਾਰੀ ਕੀਤੀ ਹੋਈ ਹੈ। ਠੀਕ ਹੈ, ਠੀਕ ਹੈ ਜੀ, ਦੂਰ ਕਿੱਲੇ ਹੀ ਚਾਰ ਦੀਵਾਰੀ। ਬਾ ਗਾਹਾਂ ਨੂੰ ਇਹਨਾਂ ਦਾ ਵਿਚਾਰ ਆ, ਆਹ ਜਗ੍ਹਾ ਇੱਧਰ ਵੀ ਖੁੱਲ੍ਹੀਆਂ ਛੱਡਣ ਦਾ, ਐਨੀਮਲ ਜਿਵੇਂ ਜਿਵੇਂ ਵਧੀ ਜਾਣਗੇ ਤਾਂ ਉਦੋਂ ਛੱਡੀ ਜਾਣਗੇ ਇੱਧਰ ਖੁੱਲ੍ਹੀਆਂ ਵੀ। ਮਤਲਬ ਕਿ ਆਮ ਤੌਰ 'ਤੇ ਮੈਂ ਦੇਖਿਆ ਜੀ, ਬਹੁਤ ਫਾਰਮਾਂ 'ਤੇ ਗਏ, ਜ਼ਿਆਦਾਤਰ ਐਚ ਐਫ ਕੰਮ ਹੀ ਰੱਖਦੇ ਆ। ਹਾਂਜੀ, ਤੁਸੀਂ ਜਰਸੀ ਬਰੀਡ ਮੰਗੀ ਮਗਰ ਆਏ ਆ, ਬਹੁਤ ਵਧੀਆ ਗੱਲ ਆ ਜੀ ਇਹ। ਜਰਸੀ ਬਰੀਡ ਮੈਂ ਐਕਚੁਅਲੀ ਫੋਰਨ ਦਾ ਇੱਕ ਕੋਨਸੈਪਟ ਦੇਖਿਆ ਸੀਗਾ। ਠੀਕ ਹੈ ਜੀ। ਤੇ ਉਹ ਕਹਿੰਦੇ ਨੇ ਹਰ 4 ਐਚ ਐਫ ਦੇ ਨਾਲ ਇੱਕ ਜਰਸੀ ਹੋਣਾ ਜ਼ਰੂਰੀ ਹੈ, ਕਿਉਂਕਿ ਉਹ ਫੈਟ ਮੇਨਟੇਨ ਕਰ। ਆਪਣੇ ਵਾਸਤੇ ਵੀ ਇਹ ਨਵੀਂ ਗੱਲ ਆ, ਨੌਲੇਜ ਵਾਲੀ, ਲਵੀ 4 ਐਚ ਐਫ ਮਗਰ ਜੇ ਇੱਕ ਜਰਸੀ ਗਾਂ ਆਪਣੇ ਫਾਰਮ 'ਤੇ ਹੈਗੀ ਆ, ਤਾਂ ਆਪਣੀ ਫੈਟ ਮੇਨਟੇਨ ਰਹਿੰਦੀ ਹੈ। ਨਹੀਂ, ਵਧੀਆ ਕੋਨਸੈਪਟ ਆ ਜੀ ਇਹ। ਇਹੀ ਕੋਨਸੈਪਟ ਕਰਕੇ ਮੈਂ ਐਕਚੁਅਲੀ 'ਚ ਮੈਂ ਕਾਫੀ ਵੀਡੀਓ ਵਗੈਰਾ ਔਰ ਕਾਫੀ ਕੋਨਸੈਪਟ ਮੈਂ ਦੇਖਦਾ ਰਹਿੰਦਾ ਫੋਰਨ ਦੇ, ਤੇ ਮੈਨੂੰ, ਮੈਂ ਇਸ ਲਾਈਨ ਦਾ ਆਦਮੀ ਨਹੀਂ ਹੈ, ਮੈਂ ਨੈਸ਼ਨਲ ਫੁੱਟਬਾਲ ਕੋਚ ਵੀ ਹੈਗਾ, ਪਲੇਅਰ ਵੀ ਹੈਗਾ, ਮੈਂ ਇੰਡੀਅਨ ਟੀਮ ਨੂੰ ਵੀ ਕੋਚਿੰਗ ਕਰੀ ਹੋਈ ਹੈ, ਔਰ ਇੰਡੀਅਨ ਰੇਲਵੇ ਨੂੰ ਮੈਂ 20 ਸਾਲ ਤੋਂ ਕੋਚਿੰਗ ਕਰਦਾ। ਵੈਰੀ ਗੁੱਡ, ਵੈਰੀ ਗੁੱਡ ਜੀ। ਔਰ ਮੈਂ ਇੱਥੇ ਆ ਕੇ ਇਹਦੇ ਅੰਦਰ ਹੁਣ ਮੈਂ ਫੁੱਲ ਫਲੈਸ਼ ਇੱਥੇ ਹੀ ਕੰਮ ਕਰਨਾ ਹੈ ਮੈਂ, ਔਰ ਇੱਥੇ ਹੀ ਦੇਖਣਾ ਹੈ ਐਨੀਮਲ ਕਿਵੇਂ ਵਧਾ ਸਕਦੇ ਹਾਂ ਅਸੀਂ ਔਰ ਕਿਵੇਂ ਅੱਛੇ ਰੱਖ ਸਕਦੇ। ਵੈਰੀ ਗੁੱਡ ਜੀ, ਤੁਸੀਂ ਤਰੱਕੀ ਵੀ ਹੋ ਤੁਹਾਡੀ, ਤੁਸੀਂ ਇਹ ਵੀ ਦੇਖ ਲਓ ਜੀ, ਦੇਖ ਲਓ ਐਡੇ ਅਹੁਦੇ ਉੱਚੋ ਤੇ ਇੰਡੀਆ ਟੀਮ 'ਚ ਵੀ ਰਹੇ ਆ ਤੁਸੀਂ, ਹੈ ਨਾ ਜੀ, ਅਤੇ ਇੰਡੀਆ ਟੀਮ ਨੂੰ ਕੋਚਿੰਗ ਵੀ ਦਿੱਤੀ ਆ, ਰੇਲਵੇ ਨੂੰ ਕੋਚਿੰਗ 20 ਸਾਲ ਦਿੱਤੀ ਆ ਲਗਭਗ, ਐਜ਼ ਏ ਫੁੱਟਬਾਲ ਕੋਚ, ਫੁੱਟਬਾਲ ਹੀ ਗੇਮ 'ਚ ਨਾ, ਐਜ਼ ਏ ਫੁੱਟਬਾਲ ਕੋਚ।
ਬਹੁਤ ਵੱਡੀ ਗੱਲ ਆ। ਉਸ ਤੋਂ ਬਾਅਦ ਬੰਦੇ ਨੇ ਡੈਰੀ ਜੁਆਇਨ ਕਰਨੀ ਜੀ, ਨਹੀਂ ਤਾਂ ਬੰਦਾ ਕਹਿੰਦਾ ਖੇਤੀ ਕਰ ਲਈਏ ਹੋਰ ਕੰਮ ਕਰ ਲਈਏ, ਥੋੜੀਆਂ ਮੁਸ਼ਕਲਾਂ ਤਾਂ ਆਉਂਦੀਆਂ ਜੀ ਨਵਾਂ ਕੰਮ ਸ਼ੁਰੂ ਕਰਨ ਆਈ ਸੀਗੀ ਜੀ। ਇੱਕ ਇਰਾਦਾ ਤਾਂ ਇਹ ਹੋਇਆ ਸੀ ਕਿ ਅਸੀਂ ਬੰਦ ਕਰ ਦਈਏ। ਅੱਛਾ ਅੱਛਾ ਜੀ। ਤੇ ਸਾਡੇ ਬੇਟੇ ਸਾਹਿਬ ਨੇ ਉਹਨਾਂ ਨੇ ਕਿਹਾ ਜੀ ਨਹੀਂ ਮੈਂ ਇਹਨੂੰ ਮੇਨਟੇਨ ਰੱਖਾਂਗਾ। ਵੈਰੀ ਗੁੱਡ ਜੀ। ਉਹ ਹੋਟਲ ਮੈਨੇਜਮੈਂਟ ਮੈਨੇਜਰ ਹੈਗਾ, ਉਹਨੇ ਇਹ ਫਾਰਮ ਨੂੰ 2 ਸਾਲ ਚਲਾਇਆ ਹੈ। ਵੈਰੀ ਗੁੱਡ। ਪਤਾ ਕਾਰਨ ਕੀ ਹੈ ਜੀ, ਮੈਂ ਵੀ ਹਰੇਕ ਵੀਡੀਓ 'ਚ ਕਹਿਣਾ ਹੁਣ ਨਾਲ ਵੀ 3-4 ਸਾਲ ਆਪਾਂ ਫਾਰਮ ਨੂੰ ਦੇ ਦਈਏ, ਹੁਣ ਤੁਹਾਡਾ ਇਸ ਤੋਂ ਬਾਅਦ ਟਾਈਮ ਕਮਾਈ ਕਰਨ ਦਾ ਜੀ। ਉਹ ਤਾਂ ਹੈਗਾ ਜੀ, ਲੱਗ ਰਿਹਾ ਹੁਣ ਤੁਸੀਂ ਇੰਨਾ ਟਾਈਮ ਦੇਤਾ ਫਾਰਮ ਦੇ ਜੀ। ਜੇ ਆਪਾਂ ਨਹੀਂ ਦਿੰਦੇ ਫਾਰਮ ਨੂੰ ਪਹਿਲਾਂ ਹੀ ਆਪਾਂ ਗੱਫੇ ਲੈਣ ਲੱਗ ਜਾਂਦੇ, ਉਹ ਬੰਦਾ ਜ਼ਿਆਦਾ ਸਸਤਾ, ਉਸ ਤੋਂ ਬਾਅਦ ਉਹ ਉਨਾ ਖਰਚਾ ਨਹੀਂ ਕਰ ਪਾਉਂਦਾ ਗਾਵਾਂ 'ਤੇ। ਨਹੀਂ, ਅਗਰ ਕੋਈ ਨਵਾਂ ਆਦਮੀ ਵੀ ਇਹਨੂੰ ਚਲਾਏਗਾ ਤਾਂ 2 ਸਾਲ ਉਹਨੂੰ, ਮੈਨੂੰ ਲੱਗਦਾ ਹੈ ਕਿ 2-3 ਸਾਲ ਉਹਨੂੰ ਟ੍ਰੇਨਿੰਗ ਵਾਸਤੇ ਬਿਲਕੁਲ ਬਿਲਕੁਲ ਬਹੁਤ ਅੱਛਾ ਹੈਗਾ। ਇੱਕ ਕਿਤਾਬ ਵੀ ਪੜ੍ਹੀ ਹੋਈ ਔਰ ਇੱਕ ਆਪਣੇ ਆਪ ਹੀ, ਮੈਂ ਖੁਦ ਇੱਥੇ ਗੋਹਾ ਵਗੈਰਾ ਚੱਕਦਾ ਹਾਂ। ਵੈਰੀ ਗੁੱਡ। ਔਰ ਮੈਂ ਸਾਈਲੇਜ ਖੁਦ ਪਾਉਂਦਾ ਰਿਹਾ। ਫਿਰ ਹੀ ਸਿੱਖਿਆ ਨਾ ਤੁਸੀਂ? ਮੈਂ ਸਿੱਖਿਆ ਆਪਣੇ ਹੱਥ ਨਾਲ ਹੀ, ਮੈਂ ਸਭ ਕੁਝ ਕੰਮ ਕਰਕੇ ਇੱਥੇ ਸਿੱਖਿਆ। ਵੈਰੀ ਗੁੱਡ ਜੀ, ਬਹੁਤ ਵਧੀਆ ਗੱਲ ਆ ਇਹ। ਵੀਰ ਨੇ ਦੇਖੋ ਗੋਹਾ ਵੀ ਸੜਦੇ ਰਿਹਾ, ਸਾਰਾ ਕੰਮ ਆਪ ਕਰਿਆ ਤੁਸੀਂ। ਹਾਂਜੀ। ਵੈਰੀ ਗੁੱਡ ਜੀ। ਹੁਣ ਲਗਭਗ ਕਿੰਨੇ ਐਨੀਮਲ ਆਪਣੇ ਕੋਲ? 20 ਐਨੀਮਲ ਹੈਗੇ ਆ ਨਾ? ਹਾਂਜੀ 20 ਹੈਗੇ ਜੀ, 17-18 ਐਨੀਮਲ ਆ ਰਹੇ ਜੀ। ਤੇ ਸੂਣ ਵਾਲੇ ਕਿੰਨੇ ਆ ਜੀ ਹੁਣ? ਸੂਣ ਵਾਲੇ ਇਸ ਟਾਈਮ 9 ਐਨੀਮਲ ਹੈ, 9 ਤੋਂ 10 ਐਨੀਮਲ ਸੂਣ ਵਾਲੇ। ਠੀਕ ਹੈ, 10 ਦੇ ਕਰੀਬ ਐਨੀਮਲ ਵੀਰ ਕੋਲੇ ਸੂਣ ਵਾਲਾ, ਕੁਇੰਟਲ ਦੇ ਨੇੜੇ ਦੁੱਧ ਆ ਵੀਰ ਕੋਲੇ। ਇਹਦਾ ਮਤਲਬ ਆਉਣ ਵਾਲੇ ਸਮੇਂ 'ਚ ਵਧੀਆ ਦੁੱਧ ਵਧਣਾ ਵੀ ਹੈ ਜੀ ਆਪਣਾ। ਜੀ ਹਾਂ, ਜਿਹੜੀ ਛੋਟੇ ਬੱਚੇ ਨੇ ਉਹ ਵੀ, ਹਾਂ ਉਹ ਵੀ ਦੇਖਦੇ ਆ। ਚਲੋ ਆਜੋ, ਉਹ ਵੀ ਦੇਖ ਲੈਂਦੇ ਆ। 9 ਮਹੀਨੇ ਦੇ ਹੋ ਗਏ। ਉੱਥੇ ਵੀ ਇਹਨਾਂ ਨੇ ਅਲੱਗ ਜਗ੍ਹਾ ਬਣਾਈ ਹੋਈ ਆ ਬੱਚਿਆਂ ਵਾਸਤੇ, ਬਹੁਤ ਵਧੀਆ ਜਗ੍ਹਾ। ਬਾਕੀ ਇੱਧਰ ਰੂਮ ਬਣਾਇਆ ਤੂੜੀ ਵਾਸਤੇ ਅੱਡ ਆ, ਤੇ ਫੀਡ ਵਾਸਤੇ ਅਲੱਗ ਰੂਮ ਬਣਾਇਆ ਹੋਇਆ ਇਹਨਾਂ ਨੇ। ਫੀਡ ਫੀਡ ਕਿਹੜੀ ਯੂਜ਼ ਕਰਦੇ ਹੋ ਤੁਸੀਂ? ਫੀਡ ਅਸੀਂ ਨੈਸਲੇ ਦੀ ਯੂਜ਼ ਕਰਦੇ ਹਾਂ। ਅਸੀਸ਼ ਫੀਡ ਯੂਜ਼ ਕਰਦੇ ਨੈਸਲੇ ਦੀ। ਆਹ ਸਾਈਲੇਜ ਪਿੱਟ ਦਿਖਾ ਦੇ ਬੇਟਾ, ਆਹ ਸਾਈਲੇਜ ਪਿੱਟ ਆ ਇੱਧਰ ਇਹਨਾਂ ਦਾ ਵੀਰਾਂ ਦਾ। ਇੱਕ ਇੱਧਰ ਪਿੱਟ ਬਣਾਇਆ ਹੋਇਆ ਹੋਰ, ਇਹਨਾਂ ਨੇ ਸਾਲ ਭਰ ਦਾ ਸਾਈਲੇਜ ਸਟੋਰ ਕਰ ਲਿਆ। ਦੇਖੋ ਇੱਥੇ ਜ਼ਮੀਨ ਹੈ ਨਹੀਂ ਵੀਰ ਕੋਲੇ, ਜਿੱਦੀ ਜ਼ਮੀਨ ਆ 1-1.5 ਕਿੱਲਾ, ਥੋੜ੍ਹੀ ਘੱਟ ਜ਼ਮੀਨ ਆ ਹਨਾ ਜੀ ਤੁਸੀਂ ਦੱਸਦੇ ਜੀ? ਹਾਂਜੀ ਹਾਂਜੀ, ਪੱਠੇ ਵਗੈਰਾ ਬੀਜ ਲੈਂਦੇ ਸੀ, ਹੁਣ ਕਹਿੰਦੇ ਸੀ ਆਹ ਜਗ੍ਹਾ ਖੁੱਲੀ ਛੱਡਦਾ ਹੈ ਗਾਵਾਂ ਵਾਸਤੇ, ਤੇ ਇੱਥੇ ਸਾਈਲੇਜ ਵਗੈਰਾ ਦਾ ਕਰਨਗੇ ਕੰਮ। ਬਹੁਤ ਵਧੀਆ, ਇੰਨੀ ਖੁੱਲੀ ਜਗ੍ਹਾ ਨਹੀਂ ਮਿਲਦੀ ਗਾਵਾਂ ਨੂੰ ਜੀ ਕਿਤੇ। ਠੀਕ ਹੈ ਬਿਲਕੁਲ ਜੀ, ਇਹ ਗੱਲ ਤੁਸੀਂ ਵੀ ਜਿਹੜੀ ਦੱਸੀ ਹੈ ਉਹ ਸਹੀ ਹੈ। ਅਸੀਂ ਇਹਦੀ ਚੇਨ ਲਿੰਕ ਇੱਥੇ ਲਾ ਕੇ, ਸਾਰਾ ਜਾਲੀ ਲਾ ਕੇ ਇੱਥੇ ਹੀ ਅਸੀਂ ਗਾਵਾਂ ਨੂੰ ਖੁੱਲੀ ਛੱਡ ਦਿਆਂਗੇ। ਠੀਕ ਹੈ ਠੀਕ ਹੈ ਜੀ। ਜਿਵੇਂ ਫੋਰਮ ਦੇ ਵਿੱਚ ਜ਼ਿਆਦਾ ਖੁੱਲੀਆਂ ਰਹਿੰਦੀਆਂ, ਹਾਂ ਹਾਂ, ਫਿਰ ਇਹਨਾਂ ਦਾ ਜਦੋਂ ਉੱਥੇ ਦੁੱਧ ਚੋ ਲੈਣਗੇ ਉਹਦੇ ਬਾਅਦ ਉਹਨੂੰ ਛੱਡ ਦਿਆਂਗੇ, ਜਦੋਂ ਮਰਜ਼ੀ ਥੱਲੇ ਆ ਸਕਦੀ ਹੈ। ਇਹ ਇਹ ਬਗਲ ਮਾਰਿਆ ਹੋਇਆ ਜਿਹੜਾ ਇਹਨਾਂ ਨੇ, ਸਾਰਾ ਇਹ ਬੱਚਿਆਂ ਵਾਸਤੇ ਮਾਰਿਆ ਹੋਇਆ ਵੀਰੇ ਯਾਰ। ਉਹ ਦਰਖਤਾਂ ਵਿੱਚ ਟਾਹਲੀਆਂ ਦਿਖਾ ਦੇ, ਦੋ ਤਿੰਨ ਦਰਖਤ ਲਾਏ ਹੋਏ ਆ, ਪੱਟੇ ਨਹੀਂ ਇਹ, ਛਾਵੇਂ ਆ ਕੇ ਖੁਰਨੀਆਂ ਰੱਖੀਆਂ ਹੋਈਆਂ ਗਾਂ, ਬੱਚੀਆਂ ਅੰਦਰ ਹੈਗੀਆਂ ਜੀ, ਉਹ ਬੱਚੀਆਂ ਆ ਜਾਓ ਅੰਦਰ ਆ ਜਾਓ। ਆਹ ਦੇਖੋ ਇਹ ਇੱਥੇ ਇੱਥੇ ਬੱਚੀਆਂ ਹੁੰਦੀਆਂ, ਜਦੋਂ ਰਾਤ ਨੂੰ ਅੰਦਰ ਆਉਣਾ ਹੁੰਦਾ ਅੰਦਰ ਆ ਜਾਂਦੀਆਂ, ਜੇ ਬਾਹਰ ਜਾਣਾ ਹੁੰਦਾ ਬਾਹਰ ਚਲੀਆਂ ਜਾਂਦੀਆਂ। ਬਹੁਤ ਬਰੀਡ ਆ ਇਹਦੇ ਵਿੱਚ, 6-7 ਬੱਚੀਆਂ ਜਰਸੀ ਦੀਆਂ ਹੈਗੀਆਂ, ਵਧੀਆ ਬਰੀਡ ਦੀਆਂ ਜਰਸੀ ਆ ਵੀਰ ਕੋਲੇ, ਵਧੀਆ ਸੀਮਨ ਲਾਉਂਦੇ ਆ। ਜਿੱਥੇ ਵੀਰ ਨੇ ਇਹ ਫਾਰਮ ਬਣਾਇਆ ਜੀ, ਇਹ ਪਹਿਲਾਂ ਹੀ ਇੱਥੇ ਟਿੱਬਾ ਲੱਗਿਆ ਹੋਇਆ ਸੀ, ਆਹ ਟਿੱਬਾ ਇੱਥੇ ਪਹਿਲਾਂ ਵੀ ਹੈਗਾ, ਕੁਛ ਰੇਤਾ ਇਹਨਾਂ ਨੇ ਉੱਧਰ ਸ਼ੈੱਡ ਵਾਲੀ ਸਾਈਡ ਖਿੱਚ ਕੇ ਕਰ ਲਿਆ ਸੀ, ਅਤੇ ਪਹਿਲਾਂ ਹੀ ਇਹ ਧਰਤੀ ਦੇ ਲੈਵਲ ਤੋਂ 4-5 ਫੁੱਟ ਉੱਚਾਈ ਹੈ ਇਹਦੀ, ਅਤੇ ਇਹਨਾਂ ਨੇ ਹੋਰ ਉੱਚਾਈ 'ਤੇ ਜਾ ਕੇ ਸ਼ੈੱਡ ਬਣਾਇਆ, ਗੱਲ ਵੀ ਹਵਾ ਲੱਗਦੀ ਰਹੇ। ਇਹ ਗੁਮਟੀ ਦੇ ਪਿੰਡ ਦੇ ਵਿੱਚ ਆ, ਬਹੁਤ ਵਧੀਆ ਲੋਕੇਸ਼ਨ 'ਤੇ ਸ਼ੈੱਡ ਬਣਾਇਆ ਹੋਇਆ। ਆਹ ਬੱਚੀਆਂ ਦੇਖ ਲਓ ਵੀਰ ਦੀਆਂ ਹੈਗੀਆਂ ਬੱਚੀਆਂ, ਜ਼ਿਆਦਾਤਰ ਜਰਸੀ ਬੱਚੀਆਂ ਇਹਨਾਂ ਵਿੱਚ, ਸੀਮਨ ਵੀ ਆਪਦੇ ਫਾਰਮ 'ਤੇ ਵਧੀਆ ਭਰਾਉਂਦੇ ਆ। ਜਿਵੇਂ ਆਹ ਦੇਖੋ, ਜਿਵੇਂ ਆਹ ਬੱਚੀ ਹੋ ਗਈ ਬਰੀਡ ਬਹੁਤ ਵਧੀਆ, ਇਹ ਬੱਚੀਆਂ 4-5 ਬੱਚੀਆਂ ਪੂਰੀਆਂ ਟੌਪ ਦੀਆਂ ਬਰੀਡ ਜਰਸੀ ਆ, ਅਤੇ 4 ਬੱਚੀਆਂ ਇਹਨਾਂ ਕੋਲੇ, 6 ਬੱਚੀਆਂ ਜਰਸੀ ਆ, 4 HF ਆ, ਇਹ ਕੋਈ 3 ਮਹੀਨਿਆਂ ਤੋਂ ਲੈ ਕੇ 7 ਮਹੀਨਿਆਂ ਤੱਕ ਰੇਜ ਦੀਆਂ, ਵਧੀਆ ਗਰੋਥ ਆ, ਵਧੀਆ ਇਹਨਾਂ ਦੀ ਫੀਡਿੰਗ ਵਗੈਰਾ ਕਰਦੇ ਆ, ਪ੍ਰੋਪਰ ਫੀਡ ਵਗੈਰਾ ਪਾਉਂਦੇ ਆ, ਤਾਂ ਕਰਕੇ ਬੱਚੀਆਂ ਗਰੋਥ ਕਰਦੇ ਹੈਗੀਆਂ। ਬਾਕੀ ਜਦੋਂ ਇਹਨਾਂ ਦਾ ਦਿਲ ਕਰਦਾ ਬਾਹਰ ਬਹਿ ਜਾਂਦੀਆਂ ਬੱਚੀਆਂ, ਬਾਹਰ ਖੁਰਨੀਆਂ ਲਾਈਆਂ ਹੋਈਆਂ ਇਹਨਾਂ ਦੀਆਂ, ਪਾਣੀ ਦਾ ਸਿਸਟਮ ਦਿੱਤਾ ਹੋਇਆ ਬਾਹਰ, ਆ ਅਜੇ ਹੌਲੀ ਹੌਲੀ ਬਣਾ ਰਹੇ ਆ, ਇਹੋ ਜਿਹੇ ਪਲਾਸਟਿਕ ਦੀਆਂ ਖੁਰਨੀਆਂ ਰੱਖੀਆਂ ਹੋਈਆਂ ਇੱਥੇ, ਪਾਣੀ ਦੀ ਉਹ ਅੰਦਰ ਡੱਗੀ ਲਾਈ ਹੋਈ ਹੈ, ਪਾਣੀ ਆਟੋਮੈਟਿਕ ਆ ਜਾਂਦਾ ਜੀ ਉੱਧਰੋਂ। ਹਾਂਜੀ ਆਟੋਮੈਟਿਕ ਆ ਜਾਂਦਾ। ਠੀਕ ਹੈ ਜੀ, ਉਹ ਖੇਲ ਲਾਈ ਹੋਈ ਆ ਵੱਡੀ ਪਾਣੀ ਦੀ, ਅਤੇ ਵਧੀਆ ਐ ਪੂਰਾ ਮੇਨਟੇਨ ਕਰਕੇ ਰੱਖਿਆ ਹੋਇਆ ਬੱਚਿਆਂ ਦਾ ਵੀ, ਬਹੁਤ ਸਫਾਈ ਆ, ਕੋਈ ਇਹੋ ਜਿਹੀ ਗੱਲ ਨਹੀਂ। ਜਿਹੜੇ ਕਿਸੇ ਨੇ ਵੀਰ ਨੇ ਵੀ ਨਵਾਂ ਕੰਮ ਸ਼ੁਰੂ ਕਰਨਾ ਹੋਵੇ ਵੀਰ, ਉਹ ਪਹਿਲਾਂ 2-3 ਫਾਰਮ ਵਿਜ਼ਿਟ ਕਰਕੇ ਆਓ, ਦੇਖ ਕੇ ਆਓ ਫਾਰਮ 'ਤੇ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾ, ਉਦੋਂ ਬਾਅਦ ਆਪਦਾ ਫਾਰਮ ਬਣਾਓ। ਜੇ ਕਿਸੇ ਫਾਰਮ 'ਚ ਕਮੀਆਂ ਆਪਦੇ ਫਾਰਮ 'ਚ ਆ ਕੇ ਪੂਰੀਆਂ ਕਰੋ,
ਦੋ ਤਿੰਨ ਫਾਰਮ ਆਪਾਂ ਵਿਜ਼ਿਟ ਕਰਾਂਗੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਕਿਹੋ ਜਿਹਾ ਕੰਮ ਕਰਨਾ। ਆ ਦੋ ਵੀਰ ਆ ਜੀ ਇਹਨਾਂ ਦੇ ਵਿਚਾਲੇ ਖੜਾ ਮੈਂ, ਇਹ ਵੀ ਸਰਵਿਸ ਕਰਦੇ ਆ, ਇਹ ਸਰਵਿਸ ਤੋਂ ਰਿਟਾਇਰ ਹੋਏ ਆ। ਮੈਂ ਤਾਂ ਇਹ ਬੋਲੂੰਗਾ ਕਿ ਮੈਂ ਰਿਜ਼ਰਵ ਬੈਂਕ ਸੇ ਰਿਟਾਇਰਡ ਹੂੰ, ਠੀਕ ਹੈ ਜੀ, ਔਰ ਮੈਂ ਯਹਾਂ ਮੈਨੇ ਰੈਗੂਲਰ ਵਿਜ਼ਿਟਰ ਹੂੰ, ਔਰ ਮੈਂ ਬਲਵਿੰਦਰ ਜੀ ਕੇ ਫਾਰਮ ਮੈਂ ਗਿਆ ਹੂੰ ਫੂਲ ਮੈਂ, ਫੂਲ ਵਿਲੇਜ ਮੈਂ, ਔਰ ਮੈਨੇ ਯੇ ਪਾਇਆ ਕਿ ਇਜ਼ ਅ ਪਾਇਨੀਅਰ ਆਫ ਦਿਸ ਫੀਲਡ ਡੇਰੀ ਫਾਰਮਿੰਗ ਕਰਕੇ ਪਾਏ, ਇਸ ਰੀਜਨ ਕੇ ਜਿਤਨੇ ਨੌਲੇਜਬਲ ਯੇ ਦੇਖਾ ਮੈਨੇ ਇਨਕੇ ਸਾਥ ਉਨਕੇ ਡੇਰੀ ਮੈਂ ਵਿਜ਼ਿਟ ਕਰਕੇ, ਥੈਂਕ ਯੂ, ਔਰ ਜਿਸ ਲੈਵਲ ਪੇ ਯੇ ਕਾਮ ਕਰ ਰਹੇ ਰੀਅਲੀ ਸਰਪ੍ਰਾਈਜ਼ਿੰਗ, ਮੈਨੇ ਨਹੀਂ ਸੋਚਾ ਥਾ ਇਸ ਲੈਵਲ ਪੇ ਡੇਰੀ ਫਾਰਮਿੰਗ ਯਹਾਂ ਪਰ। ਐਂਡ ਇੱਕ ਚੀਜ਼ ਔਰ ਹੈ ਜੋ ਸਭਸੇ ਬੜੀ ਬਾਤ ਹੈ, ਮੈਨੇ ਦੇਖਾ ਉਨਕੋ ਇਤਨਾ ਨੌਲੇਜ ਹੈ ਇਸ ਫੀਲਡ ਕਾ, ਠੀਕ ਹੈ, ਕਿ ਕੋਈ ਵੀ ਪ੍ਰੋਬਲਮ ਹੈ ਤੋ ਹਮਾਰੇ ਕੋ ਯੇ ਐਸੀ ਗਾਈਡੈਂਸ ਦੇਤੇ ਹੈ। ਮੈਂ ਤਾਂ ਆਲਵੇਜ਼ ਦੇਖਦਾ ਹੂੰ, ਮੇਰੇ ਫਰੈਂਡ ਹੈ ਈਸ਼ਵਰ ਜੋ ਕਿ ਇੰਟਰਨੈਸ਼ਨਲ ਕੋਚ ਰਹੇ ਹੈ, ਠੀਕ ਹੈ, ਔਰ ਫੁੱਟਬਾਲ ਕੇ ਔਰ ਰੇਲਵੇ ਮੇਂ ਵੀ ਕੋਚਿੰਗ ਕੀ ਹੈ ਉਨ੍ਹਾਂ ਨੇ, ਔਰ ਯੇ ਕਭੀ ਵੀ ਕੋਈ ਪ੍ਰੋਬਲਮ ਹੋਤਾ ਤੋ ਆਲਵੇਜ਼ ਇਨਕੀ ਗਾਈਡੈਂਸ ਲੇਤੇ ਹੈ, ਫੋਨ ਪੇ ਇਜ਼ ਆਲਵੇਜ਼ ਅਵੇਲੇਬਲ, ਔਰ ਯੇ ਐਸੇ ਗਾਈਡ ਕਰਤੇ ਹੈ ਰੀਅਲੀ ਸਰ। ਮੈਂ ਯਹਾਂ ਪੇ ਮੈਂ ਰੈਗੂਲਰ ਵਿਜ਼ਿਟਰ ਹੂੰ, ਐਂਡ ਆਈ ਐਮ ਰੀਅਲੀ ਮੈਂ ਯਹਾਂ ਪੇ ਚਾਹੂੰਗਾ ਕਿ ਮੈਂ ਯਹਾਂ ਕੇ ਰਹੂੰ। ਥੈਂਕ ਯੂ ਵੈਰੀ ਮਚ ਜੀ, ਆਈ ਡੋਂਟ ਨੋ ਅਬ ਉੱਪਰ ਵਾਲੇ ਕੀ ਕਿਆ ਮਰਜ਼ੀ ਹੈ, ਬਟ ਲੈਟਸ ਸੀ। ਦੇਖੋ ਵੀਰ ਜੀ ਨੇ ਕਿਹਾ ਲਈ ਮੇਰਾ ਜੀ ਕਰਦਾ ਇੱਥੇ ਰਹਿ ਜਾ ਮੈਂ ਤਾਂ, ਬਾਕੀ ਆਏ ਆ ਸਾਡੇ ਨਾਲ ਰਿਲੇਸ਼ਨ ਦੇ ਵਿੱਚ, ਜਦੋਂ ਕੋਈ ਗੱਲਬਾਤ ਹੁੰਦੀ ਆ ਅਸੀਂ ਵੀ ਇਹਨਾਂ ਨੂੰ ਪੁੱਛ ਲੈਂਦੇ ਹਾਂ ਕੋਈ ਚੀਜ਼, ਜਿਵੇਂ ਕੋਚਿੰਗ ਰਿਲੇਟਡ ਅਸੀਂ ਪੁੱਛ ਲੈਂਦੇ ਹਾਂ, ਡੈਰੀ ਰਿਲੇਟਡ ਇਹ ਸਾਡੇ ਨਾਲ ਗੱਲ ਕਰ ਲੈਂਦੇ ਆ। ਇਹਦੇ ਅੰਦਰ ਮਤਲਬ ਜਿਸ ਕਿੱਤੇ ਦੇ ਅੰਦਰ ਆ ਜਾਈਏ ਨਾ ਉਹਨੂੰ ਪ੍ਰੋਪਰ ਨਿਭਾਉਣਾ ਚਾਹੀਦਾ ਹੈ, ਇਹ ਨਹੀਂ ਕਿ ਉਹਨੂੰ ਸਾਈਡ ਬਿਜ਼ਨਸ ਸਮਝ ਕੇ ਛੱਡ ਦੇਣਾ ਚਾਹੀਦਾ ਹੈ। ਮੈਂ ਹਰ ਟਾਈਮ ਰਾਤ ਨੂੰ 2-2 ਵਜੇ ਵੀ ਉੱਠ ਕੇ ਆਪਣੀ ਗਾਈਆਂ ਨੂੰ ਥਰੂ ਵੀਡੀਓ ਜਿਹੜੀ ਕੈਮਰੇ ਨੇ ਉਹਦੇ ਥਰੂ ਦੇਖਦੇ ਰਹਿੰਦੇ ਹਾਂ ਕਿ ਉਹਨਾਂ ਦੀ ਕਿਵੇਂ ਹੈਗੇ, ਕੀ ਮੂਵਮੈਂਟ ਕਿਵੇਂ ਹੈਗੀ ਹੈ, ਠੀਕ ਹੈ ਜੀ, ਚਾਹੀਦਾ ਵੀ ਹੈ, ਪੂਰਾ ਫਾਰਮ ਮੈਂ ਚੈੱਕ ਕਰਦਾ ਰਹਿੰਦਾ। ਹੌਲੀ ਹੌਲੀ ਆਪਾਂ ਨੂੰ ਮੁਸ਼ਕਲਾਂ ਵੀ ਆਉਂਦੀਆਂ ਡੈਰੀ ਦੇ ਵਿੱਚ, ਅਤੇ ਜ਼ਿਆਦਾਤਰ ਬੰਦ ਕਰਨ ਵਾਲੇ ਪਾਸੇ ਵੀ ਹੋ ਜਾਂਦੇ ਆ ਜੀ ਡੈਰੀ ਫਾਰਮਰ। ਨਹੀਂ ਦੇਖੋ ਬੰਦ ਨਹੀਂ ਕਰਨਾ ਚਾਹੀਦਾ, ਇਹਦੇ ਉੱਤੇ ਮਿਹਨਤ ਬਹੁਤ ਜ਼ਿਆਦਾ ਹੈਗੀ ਹੈ, ਮਗਰ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ, ਮਿਲੂਗਾ ਮਿਲੂਗਾ। ਅਗਰ ਤੁਸੀਂ ਫਾਈਟਰ ਹੈਗੇ ਹੋ ਤਾਂ ਤੁਸੀਂ ਫਾਈਟ ਕਰ ਸਕਦੇ ਹੋ ਹਰ ਇੱਕ ਚੀਜ਼, ਬਿਲਕੁਲ ਬਿਲਕੁਲ, ਤੁਸੀਂ ਉਹਨੂੰ ਸੋਲਵ ਕਰਕੇ ਤੁਸੀਂ ਉਹ ਕੰਮ ਕਰਨਾ ਚਾਹੁੰਦੇ ਹੋ, ਬਹੁਤ ਅੱਛੀ ਗੱਲ ਹੈ, ਔਰ ਤੁਸੀਂ 101% ਤੁਸੀਂ ਸਕਸੈਸ ਹੋਵੋਗੇ ਇਹਦੇ ਅੰਦਰ। ਵੈਰੀ ਗੁੱਡ, ਬਾਕੀ ਜਿਵੇਂ ਗਾਵਾਂ ਹੈਗੀਆਂ, ਗਾਵਾਂ ਨੂੰ ਜਿਵੇਂ ਆਪਾਂ ਵਧੀਆ ਸਾਂਭਦੇ ਹਾਂ ਤਾਂ ਆਪਾਂ ਨੂੰ ਰਿਜ਼ਲਟ ਦਿੰਦੀਆਂ ਉਹ ਵੀ, ਜੀ ਹਾਂ, ਉਹ ਵੀ ਆਪਣਾ ਡੈਰੀ ਫਾਰਮ ਗਾਹਾਂ ਵਧਾਉਂਦੀਆਂ ਜੀ। ਮੈਂ ਜੀ ਜਦੋਂ ਮੈਂ ਸਟਾਰਟ ਕੀਤਾ ਸੀ ਮੇਰੇ ਕੋਲ 3 ਗਾਵਾਂ ਸੀਗੀਆਂ। ਵੈਰੀ ਗੁੱਡ ਜੀ, ਅਤੇ ਮੈਂ ਉਹਦੇ ਬਾਅਦ ਬੱਚੀਆਂ ਲਈਆਂ ਸੀਗੀਆਂ ਹਰਿਆਣਾ ਤੋਂ, ਜ਼ਿਆਦਾ ਜਰਸੀ ਲਈਆਂ ਸੀਗੀਆਂ, ਠੀਕ ਹੈ ਜੀ, ਸਾਰੀ ਬੱਚੀਆਂ ਸੀਗੀਆਂ, ਮਗਰ ਲੋਕ ਕਹਿੰਦੇ ਸੀ ਤੁਸੀਂ ਬੱਚੀਆਂ ਕਿਉਂ ਲਈਆਂ, ਠੀਕ ਨਹੀਂ ਹੈ, ਤੁਸੀਂ ਵੱਡੀ ਗਾਂ ਲਾਓ, ਦੁੱਧ ਡਾਇਰੈਕਟ ਕੱਢੋ, ਮਗਰ ਮੈਂ ਉਹ ਕੋਨਸੈਪਟ ਨਹੀਂ ਸਮਝਦਾ। ਮੈਂ ਬੱਚਿਆਂ ਨੂੰ ਤੁਸੀਂ ਗਰੋਥ ਕਰਕੇ ਜਿੰਨੀ ਤੁਸੀਂ ਅੱਛੀ ਔਰ ਸਸਤੀ ਅਗਰ ਤੁਸੀਂ ਡੇਅਰੀ ਚਲਾਉਣੀ ਹੈ ਤਾਂ ਉਹ ਬਹੁਤ ਜ਼ਿਆਦਾ ਅੱਛੀ ਹੈ। ਠੀਕ ਹੈ ਠੀਕ ਹੈ ਜੀ, ਉਹਦੇ ਨਾਲ ਆਏ ਨਾ ਬੱਚੇ, ਜਿਵੇਂ ਹੁਣ ਆਪਣੇ ਫਾਰਮ 'ਤੇ ਵੀ ਆ 10 ਬੱਚੇ ਬੈਠੇ ਆ ਜੀ, ਹਾਂ, ਇਹ ਮਾਹੌਲ 'ਤੇ ਪੈਦਾ ਹੋ ਗਏ ਜੀ, ਹੁਣ ਇਹ ਆਹ ਟੈਂਪਰੇਚਰ ਦੇ ਵਿੱਚ ਪਲ ਚੁੱਕੇ ਇਹ ਵੱਡੇ ਹੋਣਗੇ, ਇਹਨਾਂ ਨੂੰ ਬਿਮਾਰੀਆਂ ਬਹੁਤ ਘੱਟ ਲੱਗਣਗੀਆਂ, ਹਾਂਜੀ, ਇਹ ਚੀਜ਼ਾਂ ਦਾ ਇਹਨਾਂ ਨੂੰ ਬਚਾਅ ਬਹੁਤ ਹੋਜੂਗਾ ਜੀ। ਅਤੇ ਅਸੀਂ ਬਾਹਰੋਂ ਲੈ ਕੇ ਆਉਂਦੇ, ਹੁਣ ਪਤਾ ਨਹੀਂ ਹੈ ਉਹ ਗਾਂ ਨੂੰ ਕਿੰਨੀ ਪ੍ਰੋਬਲਮ ਹੈਗੀ ਹੈ, ਉਹ 2-3 ਸਾਲ ਸਾਡੇ ਕੋਲ ਰਹਿੰਦੀ ਨਹੀਂ ਹੈ, ਅਸੀਂ ਛੋਟੇ ਡਿਊਰਿੰਗ ਪੀਰੀਅਡ 'ਚ ਲੈ ਕੇ ਆ ਜਾਂਦੇ ਨੇ ਉਹਨੂੰ, ਜਦੋਂ ਦੁੱਧ ਦੇਣ ਵਾਲੀ ਹੁੰਦੀ ਹੈ 3-6 ਮਹੀਨੇ, ਮਗਰ ਸਾਨੂੰ ਲੰਬੇ ਟਰਮ ਵਾਸਤੇ ਆਪਣੇ ਆਪ ਹੀ ਉਹਨੂੰ ਗਰੋਥ ਕਰਨੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ, ਤੁਸੀਂ ਕੀ ਖਵਾ ਰਹੇ ਹੋ, ਕਿੰਨੀ ਗਰੋਥ ਹੋ ਰਹੀ ਹੈ ਉਹਦੀ, ਇਹ ਚੀਜ਼ ਆਪਾਂ ਦੇਖਣੀ ਚਾਹੀਦੀ, ਦੇਖਣੀ ਚਾਹੀਦੀ ਹੈ ਇਹ ਚੀਜ਼ਾਂ। ਬਾਕੀ ਤੁਸੀਂ ਹੁਣ ਦਿੱਲੀ ਜਾਂਦੇ ਹੋ ਜੀ, ਫਿਰ ਉੱਥੇ ਰਹਿੰਦੇ ਹੋ, ਹੁਣ ਇਰਾਦੇ ਨਹੀਂ ਹੈਗੇ ਵੀ ਪੱਕੇ ਆ ਕੇ ਇੱਥੇ ਆਵਾਂ, ਨਹੀਂ ਨਹੀਂ, ਸਾਨੂੰ ਤਾਂ ਇੱਥੇ ਜ਼ਿਆਦਾ ਦਿਲ ਕਰਦਾ ਹੈ ਕਿ ਉੱਥੇ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਗਿਆ, ਅਸੀਂ ਮਤਲਬ ਤੁਹਾਨੂੰ ਦੱਸ ਹੀ ਰਹੇ ਕਿ ਅੰਗਰੇਜ਼ਾਂ ਦੇ ਟਾਈਮ 'ਚੋਂ ਅਸੀਂ ਉੱਥੇ ਰਹਿ ਰਹੇ ਹਾਂ, ਠੀਕ ਹੈ, ਡੈਡੀ ਸਾਹਿਬ, ਠੀਕ ਹੈ, ਦੇਸ਼ ਵੀ ਬਾਅਦ 'ਚ ਆਜ਼ਾਦ ਹੋਇਆ, ਬਿਲਕੁਲ 1947 'ਚ ਆਜ਼ਾਦ ਹੋਇਆ, ਉਹ ਤੋਂ ਵੀ ਪਹਿਲਾਂ ਦੇ ਗਏ ਹੋਏ ਨੇ ਜੀ, ਠੀਕ ਹੈ ਜੀ, ਉਹਦੇ ਬਾਅਦ ਅਸੀਂ ਹੁਣ ਇੱਥੇ ਆਏ ਹਾਂ ਤਾਂ ਸਾਨੂੰ ਸਵਰਗ ਨਜ਼ਰ ਆਉਂਦਾ ਇਹ। ਅੱਛਾ ਜੀ, ਵਾਹਿਗੁਰੂ ਜੀ, ਨਹੀਂ ਨਹੀਂ ਬਹੁਤ ਵਧੀਆ ਲੱਗਿਆ, ਇੱਧਰ ਘਰ ਵੀ ਪਾਇਆ ਹੋਇਆ ਵੀਰਾਂ ਨੇ, ਕਮਰੇ ਪਾਏ ਹੋਏ ਇੱਥੇ 2-3, ਅਤੇ ਰਹਿਣ ਵਾਸਤੇ ਜਦੋਂ ਆਉਂਦਾ ਰਾਤ ਨੂੰ ਇੱਥੇ ਰਹਿੰਦੇ ਆ, ਅਤੇ ਨਾਲ ਸਟੋਰ ਆ, ਨਾਲ ਤੂੜੀ ਦਾ ਸਿਸਟਮ ਸਾਰਾ ਵੈਲ ਮੇਨਟੇਨ ਕਰਿਆ ਹੋਇਆ, ਅਤੇ ਤੁਹਾਡੇ ਫਾਰਮ 'ਤੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਜੀ, ਥੈਂਕ ਯੂ ਜੀ, ਪਹਿਲੀ ਤਾਂ ਗੱਲ ਤੁਹਾਡਾ ਉਹ ਮੱਛਰ ਵਾਲਾ ਸਿਸਟਮ ਬਹੁਤ ਵਧੀਆ ਸੀ ਇੱਕ ਤਾਂ, ਠੀਕ ਹੈ ਜੀ, ਦੁੱਧ ਵੱਲ ਬੱਚੀਆਂ ਇੱਥੇ ਖੁੱਲ੍ਹੇ 'ਚ, ਇੰਨੇ ਖੁੱਲ੍ਹੀ ਜਗ੍ਹਾ 'ਚ 10 ਬੱਚੀਆਂ, ਘੱਟੋ ਘੱਟ ਇੱਥੇ ਆਪਾਂ 20 ਬੱਚੀਆਂ ਰੱਖ ਸਕਦੇ ਹਾਂ ਜੀ, ਅਤੇ 20-25 ਬੱਚੀਆਂ ਵੀ ਰੱਖ ਸਕਦੇ ਇੰਨੀ ਖੁੱਲ੍ਹੀ ਜਗ੍ਹਾ ਦੇ ਵਿੱਚ, ਬਾਕੀ ਟਿੱਬਾ ਤੁਹਾਡੇ ਕੋਲ ਰੇਤੇ ਦਾ, ਜਦੋਂ ਲੋੜ ਆ ਤੁਸੀਂ ਆਪਾਂ ਰੇਤਾ ਸਿੱਟ ਸਕਦੇ ਇੱਥੇ, ਕਿਉਂਕਿ ਜੀ 10 ਬੱਚੀਆਂ ਇਹ ਹੈ ਅਤੇ ਉੱਥੇ ਵੀ 20 ਹੈਗੀਆਂ, 30 ਐਨੀਮਲ ਹੋ ਗਏ, 30 ਐਨੀਮਲ ਸੂ ਗਏ ਤਾਂ ਸਾਰੇ ਇੱਥੇ ਆ ਜਾਣਗੇ ਆਰਾਮ ਨਾਲ, ਅਸੀਂ ਹੋਰ ਕੋਈ ਕਰਨ ਦੀ ਲੋੜ ਨਹੀਂ ਹੈ ਸਾਨੂੰ। ਉਦੋਂ ਬਾਅਦ ਤੁਸੀਂ ਐਂ ਦੇਖੋ ਜੀ, ਆਉਣ ਵਾਲੇ ਸਮੇਂ ਚੰਗੀ ਬਰੀਡ ਦਾ ਸੀਮਨ ਲਾਓ ਤੁਸੀਂ, ਬਿਲਕੁਲ ਜੀ, ਉੱਥੋਂ ਤੁਹਾਨੂੰ, ਨਹੀਂ ਨਹੀਂ ਕੋਈ ਗੱਲ ਨਹੀਂ ਜੀ, ਸਾਨੂੰ ਬਹੁਤ ਅੱਛੀ ਰਾਏ ਦਿੰਦੇ ਹੋ, ਸੀਮਨ ਵੀ ਅਸੀਂ ਉੱਥੋਂ ਮੰਗਵਾਉਂਦੇ ਹਾਂ,
ਹੋਰ ਕਿਤੋਂ ਬਾਹਰੋਂ ਨਹੀਂ ਨਹੀਂ ਅਸੀਂ ਜਿਹੜੀਆਂ ਚੰਗੇ ਦੁੱਧ ਵਾਲੀਆਂ ਗਾਵਾਂ ਆਪਣੇ ਕਿਸੇ ਦੇ ਵੀ ਫਾਰਮ ਤੇ ਹੋਣ ਉਹਨਾਂ ਨੂੰ ਸੈਕਸਡ ਸੀਮਨ ਲਾ ਲੈਣਾ ਚਾਹੀਦਾ ਬਿਲਕੁਲ ਲਵੀ ਉਹਨਾਂ ਦੀ ਆਪਾਂ ਬੱਚੀਆਂ ਲੈ ਲਈਏ ਜ਼ਿਆਦਾ ਉਹ ਬੱਚੇ ਆਪਣੇ ਕੰਮ ਨਹੀਂ ਉਹਦੇ ਬੱਚੇ ਆਪਣੇ ਕੰਮ ਆ ਜਾਂਦੇ ਆ ਜੀ ਹਾਂ ਤਾਂ ਕਰਕੇ ਲਵੀ ਮੈਂ ਸਾਰਿਆਂ ਨੂੰ ਰਾਏ ਦਿੰਦਾ ਇਹ ਜੇ ਆਪਣੇ ਫਾਰਮ ਦੇ 10 ਗਾਵਾਂ ਦੇ ਵਿੱਚ 5 ਗਾਵਾਂ ਵਧੀਆ ਗਈਆਂ ਉਹ 5 ਗਾਵਾਂ ਦੇ ਆਪਾਂ ਸੈਕਸਡ ਸੀਮਨ ਜ਼ਰੂਰ ਲਾ ਲਓ ਜੇ ਆਪਾਂ ਇਹ ਸੋਚ ਲੈਂਦੇ ਵੀ ਆਪਾਂ 30 ਗਾਵਾਂ ਆਪਣੇ ਕੋਲ 30 ਬੱਚੀਆਂ ਪਾਲ ਲਾਂਗੇ ਤਾਂ ਖਰਚਾ ਬਹੁਤ ਲੱਗ ਜਾਂਦੀ ਹੈ ਬੱਚੀ ਜੀ ਹਾਂ ਤੁਸੀਂ ਫੀਡ ਪਾਉਣੀ ਇਹਨਾਂ ਨੂੰ ਬਹੁਤ ਖਰਚਾ ਆ ਜਾਂਦਾ ਫੀਡ ਪਾਉਣੇ ਜੀ ਰੈਗੂਲਰ ਮਗਰ ਉਹ ਅੱਗੇ ਜਾ ਕੇ ਸਾਨੂੰ ਦੇਣਗੀਆਂ ਹਾਂ ਬਿਲਕੁਲ ਦੇਣਗੀਆਂ ਆਪਾਂ ਇਹ ਆਸਤੀ ਪਾਲਦੇ ਹਾਂ ਵੀ ਬੱਚੀਆਂ ਵੱਡੀਆਂ ਹੋਣਗੀਆਂ ਦੁੱਧ ਦੇਣਗੀਆਂ ਗਾਹਾਂ ਆਪਣੇ ਫਾਰਮ ਦੀ ਗਰੋਥ ਹੋਊ ਬਹੁਤ ਵਧੀਆ ਸੋਚ ਆਈ ਤੁਹਾਡੀ ਥਿੰਕਿੰਗ ਬਹੁਤ ਵਧੀਆ ਜੀ ਅੱਜ ਆਪਾਂ ਵੀਰ ਜੀ ਦਾ ਫਾਰਮ ਦਿਖਾਇਆ ਪ੍ਰਤੀਕ ਸਿੰਘ ਬਰਾੜ ਡੈਰੀ ਫਾਰਮ ਗੁਮਟੀ ਵਿੱਚ ਜਿਵੇਂ ਇਹਨਾਂ ਦਾ ਮੱਛਰ ਵਾਲਾ ਸਿਸਟਮ ਲਾਇਆ ਹੋਇਆ ਫਾਰਮ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਵੀ ਚਾਰੇ ਪਾਸੇ ਮੱਛਰਦਾਨੀ ਨਹੀਂ ਲਾ ਸਕਦੇ ਵੀ ਥੋੜ੍ਹੀ ਜਗ੍ਹਾ ਕਿਊਬੀਕਲ ਲਾ ਕੇ ਉਹਨਾਂ 'ਤੇ ਆਪਾਂ ਮੱਛਰਦਾਨੀ ਲਾ ਦਿਓ ਵੀ ਐਨੀਮਲਾਂ ਦਾ ਮੱਛਰ ਤੋਂ ਬਚਾਅ ਹੋ ਜਾਂਦਾ ਗਾ ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਜਿਹੜਾ ਮੱਛਰ ਵਗੈਰਾ ਦਾ ਵੀ ਕਰਿਆ ਹੋਇਆ ਫਾਰਮ ਦੇ ਵਿੱਚ ਮੈਂ ਅੱਜ ਤੱਕ ਕਿਸੇ ਫਾਰਮ 'ਤੇ ਨਹੀਂ ਦੇਖਿਆ ਇਹ ਪਹਿਲਾ ਫਾਰਮ ਤੁਹਾਡਾ ਹੀ ਆ ਜਿੱਥੇ ਇਹ ਸਿਸਟਮ ਦੇਖਿਆ ਗਾ ਅਸੀਂ ਇੱਕ ਰਿਸਕ ਲੈ ਕੇ ਦੇਖਿਆ ਸੀਗਾ ਜੀ ਕੋਈ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ ਪਰ ਵਧੀਆ ਰਿਹਾ ਜੀ ਵਧੀਆ ਜੀ ਕੰਮ ਕਰਦਾ ਹੈ ਅੱਛੀ ਤਰ੍ਹਾਂ ਬਿਲਕੁਲ ਵੈਰੀ ਗੁੱਡ ਜੀ ਨਹੀਂ ਆਪਾਂ ਇੰਨੇ ਫਾਰਮ 'ਤੇ ਜਾਇਆ ਇਹ ਫਾਰਮ ਦੇ ਵਿੱਚ ਹੀ ਇੱਕ ਛੋਟਾ ਫਾਰਮ ਬਣਿਆ ਹੋਇਆ ਤੁਹਾਡਾ ਸਮਝ ਲਓ ਫਾਰਮ ਦੇ ਥੱਲੇ ਜਿਹੜਾ ਮੱਛਰ ਤੋਂ ਐਨੀਮਲਾਂ ਨੂੰ ਬਚਾਉਂਦਾ ਗਾ ਥੋੜ੍ਹਾ ਜਿਹਾ ਖਰਚਾ ਜੇ ਆਪਾਂ ਹੋਰ ਕਰ ਦਿੰਦੇ ਹਾਂ ਤਾਂ ਆਪਾਂ ਆਪਣੇ ਐਨੀਮਲਾਂ ਨੂੰ ਮੱਛਰ ਤੋਂ ਬਚਾ ਸਕਦੇ ਹਾਂ ਸ਼ਰਤ ਇਹ ਹੈ ਵੀ ਆਪਾਂ ਨੂੰ ਉਹਨਾਂ ਕੇ ਜਗ੍ਹਾ ਬਗਲ ਮਾਰਨਾ ਪੈਂਦਾ ਬਗਲ ਮਾਰਨਾ ਪੈਂਦਾ ਜੀ ਬਾਕੀ ਉੱਤੇ ਐਂਗਲ ਲਾ ਕੇ ਉੱਤੇ ਮੱਛਰਦਾਨੀ ਲਾ ਲਓ ਐਂਗਲ ਲਾ ਕੇ ਪਤਲਾ ਪਾਈਪ ਲਾ ਕੇ ਜਿਹੜਾ ਹੁੰਦਾ ਹੈ ਉਹ ਪਾਈਪ ਲਾ ਕੇ ਤੁਸੀਂ ਮੱਛਰਦਾਨੀ ਉੱਤੇ ਲਾ ਸਕਦੇ ਬਿਲਕੁਲ ਬਿਲਕੁਲ ਜੀ ਤੇ ਹੁਣ ਆਪਾਂ ਵੀਡੀਓ ਐਂਡ ਕਰਦੇ ਹਾਂ ਜ਼ਿਆਦਾ ਤੋਂ ਜ਼ਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਤੁਹਾਡੇ ਫਾਰਮ ਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ